ਪਹਿਲਾਂ ਯਾਰ ਮੈਂ ਨਾ ਸੱਚੀ ਪੁੱਛੀ ਮੈਂ ਪਹਿਲਾਂ ਨਾਸਤਿਕ ਜਿਹਾ ਹੁੰਦਾ ਸੀਗਾ। ਇਕੱਲੇ ਇਕੱਲੇ ਪਿੰਡ ਦੇ ਜਵਾਕ ਨੂੰ ਵੱਡੇ ਨੂੰ ਭਾਵੇਂ ਲੇਡੀਜ਼ ਹੋਵੇ ਭਾਵੇਂ ਬੰਦਾ ਹੋਵੇ ਹਰ ਇੱਕ ਇਨਸਾਨ ਨੂੰ ਭੋਲਾ ਯਾਦ ਆ। ਇਹਨੂੰ ਪੁੱਛਦੇ ਆਪਾਂ ਐਕਟਰ ਬੰਨਾ ਨਾ ਕਿਹਦੇ ਵਰਗਾ ਬੰਨਾ ਭੋਲੇ ਵਰਗਾ ਪਿੰਡ ਦੇ ਕਿਸੇ ਬੰਦੇ ਦੀ ਲੋੜ ਪਈ ਸੀ ਕਿ ਜਦੋਂ ਦਿਖਾਉਣਾ ਪਿਆ ਕਿ ਬਾਈ ਦੱਸ ਮੈਨੂੰ ਜਰਦਾ ਕਿਵੇਂ ਲਾਉਣਾ ਆ ਜਾਂ ਇਹ ਚੀਜ਼ਾਂ ਕਿਵੇਂ ਕਰੇ, ਕਿਉਂਕਿ ਅਮਲੀ ਦਾ ਕਿਰਦਾਰ ਨਿਭਾਉਣ ਵਾਸਤੇ ਅਮਲੀ ਦਾ ਹੋਣਾ ਬਹੁਤ ਜ਼ਰੂਰੀ ਆ। ਕਿੱਡਾ ਸੋਹਣਾ ਬੈਠਾ ਆ ਬਈ, ਮੈਂ ਫਿਲਮਾਂ ਦੇਖਿਆ ਤਾ ਗਾਂਧੀ ਫਿਲਮ ਆ। ਐਨੀਮਲ ਫਿਲਮ ਦੇਖੀ ਹੈ ਨਾ, ਅਰਜੁਨ ਰੈਡੀ ਕਬੀਰ ਸਿੰਘ ਫਿਲਮ ਦੇਖੀ, ਹੋਰ ਵੀ ਜਿਹੜੀਆਂ ਕਰੈਕਟਰ ਜੋਕਰ ਦੇਖ ਲਈਏ, ਇਹ ਇੰਟਰਨੈਸ਼ਨਲ ਐਗਜ਼ਾਮਪਲਸ ਨੇ ਕਿ ਜਦੋਂ ਤੁਸੀਂ ਇੱਕ ਕਰੈਕਟਰ ਦੇ ਇੰਨਾ ਨੇੜੇ ਹੋ ਕੇ ਕੰਮ ਕਰਦੇ ਹੋ ਨਾ, ਫਿਰ ਚੀਜ਼ਾਂ ਬਹੁਤ ਬਦਲਦੀਆਂ ਨੇ। ਪਰ ਇੱਕ ਜਦੋਂ ਆਪਾਂ ਬਾਹਰਲੀ ਫਿਲਮ ਕਰ ਲੈਂਦੇ ਨਾ ਬੋਲੀਵੁੱਡ ਦੀ, ਪਤਾਲ ਲੋਕ, ਉਹ ਚੀਜ਼ ਬੜਾ ਕੁਛ ਸਿਖਾ ਕੇ ਜਾਂਦੀ ਹੈ ਸਪੈਸ਼ਲੀ, ਕਿਉਂਕਿ ਉੱਥੇ ਸੋਲੋ ਪਰਫੋਰਮੈਂਸ 'ਤੇ ਬੇਸ਼ੱਕ ਤੁਸੀਂ ਭਾਵੇਂ ਚਾਰ ਜਣੇ ਕੰਮ ਕਰ ਰਹੇ ਹੋ, ਪਰ ਕਲਾਕਾਰੀ ਇਕੱਲੇ ਇਕੱਲੇ ਬੰਦੇ ਦੀ ਦਿਖਦੀ ਚੰਗੇ ਤਰੀਕੇ ਨਾਲ ਦਿਖਦੀ ਹੈ। ਇਹ ਹੈਗਾ ਸੱਚ ਹੈ? ਹਾਂ ਯਾਰ, ਮੈਂ ਉੱਥੇ ਜਾ ਕੇ ਬਹੁਤ ਕੁਛ ਸਿੱਖਿਆ ਹੈ ਨਾ। ਮੈਨੂੰ ਇਹ ਵੀ ਕਹਿੰਦੇ ਰੱਬ ਫੜ ਕੇ ਬਾਂਹ ਉੱਥੇ ਵੀ ਲੈ ਗਿਆ ਨਾ ਵੀ ਇੱਥੇ ਜਾ। ਮੈਨੂੰ ਉੱਥੇ ਪੈਸੇ ਨਾਲੋਂ ਜ਼ਿਆਦਾ ਇੰਟਰਸਟ ਇਹਦੇ 'ਚ ਹੁੰਦਾ ਸੀ ਵੀ ਇਹ ਕੰਮ ਜੇ ਕਿਵੇਂ ਕਰਦੇ ਆ। ਤੁਸੀਂ ਆਪ ਰੀਅਲਾਈਜ਼ ਕੀਤਾ ਕਿ ਆਪਣੀ ਪਰਿਵਾਰ ਦੀ ਅੱਖਾਂ 'ਚ ਉਹ ਖੁਸ਼ੀ ਆ, ਉਹ ਚੀਜ਼ ਜਿਹੜੀ ਕਿ ਕਿਉਂਕਿ ਉਹ ਤੁਸੀਂ ਫੀਲ ਕਰ ਸਕਦੇ ਹੋ? ਯਾਰ ਦੇਖ, ਸਭ ਤੋਂ ਵੱਡੀ ਸਪੋਰਟ ਹੈ ਚਾਹੇ ਦੁਨੀਆਂ 'ਤੇ ਬੰਦਾ ਕਿਤੇ ਵੀ ਹੋਵੇ, ਉਹ ਪਰਿਵਾਰ ਹੈ। ਸਾਰੀ ਦੁਨੀਆਂ ਚਾਹੇ ਇੱਧਰ ਹੋ ਜਾਵੇ, ਪਰਿਵਾਰ ਨੇ ਤੁਹਾਡੇ ਨਾਲ ਰਹਿਣਾ ਹੈ। ਸੋ ਮੇਰੇ ਲਈ ਤਾਂ ਬਹੁਤ ਅਹਿਮੀਅਤ ਰੱਖਦਾ ਹੈ। ਵਿਆਹ ਤੋਂ ਬਾਅਦ ਬਹੁਤ ਚੀਜ਼ਾਂ ਚੇਂਜ ਆਈਆਂ ਨਾ, ਉਹਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਨਾ। ਉਹ ਅੱਜ ਵੀ ਕਹਿੰਦੀ ਹੈ ਕਿ ਤੂੰ ਤੇਰੇ 'ਚ ਜਿੰਨੀ ਪੋਟੈਂਸ਼ੀਅਲ ਹੈ ਨਾ, ਤੂੰ ਉਹਦੇ ਤੋਂ ਵੱਧ ਦਾ ਕੰਮ ਕਰ ਸਕਦਾ, ਹਜੇ ਤੇਰਾ ਉਹ ਆਇਆ ਨਹੀਂ। ਸੋ ਉਹ ਵੀ ਇੱਕ ਸਪੋਰਟ ਬਹੁਤ ਜ਼ਰੂਰੀ ਹੈ ਨਾ। ਸੋ ਮੈਨੂੰ ਲੱਗਦਾ ਬਹੁਤ ਸਪੋਰਟ ਕਰਦੀ ਹੈ ਮੈਨੂੰ, ਹੈ ਨਾ। ਸਭ ਤੋਂ ਵੱਧ ਖੁਸ਼ੀ ਉਹਨੂੰ ਇਸ ਚੀਜ਼ 'ਤੇ ਹੁੰਦੀ ਹੈ ਚਾਹੇ ਮੁੰਡਾ ਕੱਖ ਨਾ ਕਰਦਾ ਹੋਵੇ, ਚਾਹੇ ਔਲਾਦ ਕੁਛ ਨਾ ਕਰਦੀ ਹੋਵੇ, ਉਹਨੂੰ ਇਸ ਗੱਲ 'ਤੇ ਚਾਹੇ ਵੀ ਇਹ ਗਲਤ ਕੰਮ ਨਹੀਂ ਕਰਦਾ। ਇਸ ਚੀਜ਼ ਦਾ ਕਦੇ ਤੁਸੀਂ ਪੁੱਛ ਕੇ ਦੇਖਿਆ ਉਹਨਾਂ ਦੀਆਂ ਅੱਖਾਂ 'ਚ, ਹੈ ਨਾ, ਜਦੋਂ ਔਲਾਦ ਕਿਸੇ ਗਲਤ ਕੰਮ 'ਚ ਪੈ ਜਾਂਦੀ ਹੈ ਨਾ, ਉਹ ਦਰਦ ਨਹੀਂ ਉਹਨਾਂ ਤੋਂ ਸਿਹਾ ਜਾਂਦਾ। ਖਾਸ ਗੱਲ ਤਾਂ ਸਪੈਸ਼ਲੀ ਅੱਜ ਮੈਨੂੰ ਇਹ ਲੱਗੀ ਬਾਈ ਕਿ ਜਿੰਨੀ ਦੇਰ ਵੀ ਇੱਥੇ ਕਰੀਬ ਘੰਟਾ ਕੁ ਹੋ ਗਿਆ ਹੋਏ, ਇੰਨਾ ਮੋਹ ਆ ਇਸ ਪਿੰਡ 'ਚ, ਇੰਨਾ ਪਿਆਰ ਆ ਵੀ ਸੱਚੀ 'ਚ ਵਾਕਈ ਦਿਲ ਲੱਗ ਜਾਂਦਾ ਹਰ ਵਾਰ। ਹਾਂ ਯਾਰ, ਹੈ ਨਾ, ਜਦੋਂ ਅਸੀਂ ਵੀ ਇੱਥੇ ਰੈਕੀ ਲਈ ਆਏ ਸੀਗੇ, ਪਹਿਲੀ ਵਾਰ ਆ ਕੇ ਉਤਰੇ ਅਸੀਂ, ਦੇਖੇ ਹੈ ਨਾ, ਬੜਾ ਚਾਅ ਕੀਤਾ ਨਾ, ਫਿਰ ਅਸੀਂ ਆਪਸ 'ਚ ਗੱਲ ਕਰਦੇ ਹੁੰਦੇ ਹਾਂ ਯਾਰ, ਇੰਨਾ ਚਾਅ, ਇੰਨੀ ਕਿਸੇ ਦੀ ਟੈਨਸ਼ਨ ਲੈਣੀ ਇਹ ਪਿੰਡਾਂ 'ਚ ਹੀ ਹੋ ਸਕਦੀ ਹੈ ਨਾ। ਕੋਈ ਰਾਹ ਭੁੱਲਦੇ ਨਾ ਘਰ ਤੱਕ ਛੱਡ ਕੇ ਆਉਂਦੇ, ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਸੀ, ਭਾਅ ਜੀ ਤੁਹਾਨੂੰ ਮੈਂ ਲੈ ਕੇ ਜਾਂਦਾ, ਉਹ ਉੱਥੇ ਤੱਕ ਆਪਣਾ ਕੰਮ ਛੱਡ ਕੇ, ਪਤਾ ਨਹੀਂ ਕਿੱਥੇ ਕਿੱਥੇ ਕੋਈ ਕੰਮ ਕਿਸੇ ਨੇ ਕੋਈ ਵਿਚਾਰਾ ਕਰਦਾ ਹੋਣਾ ਨਾ, ਆਪਣਾ ਕੰਮ ਛੱਡ ਕੇ, ਸਾਡਾ ਕੰਮ ਨਹੀਂ ਸਾਡਾ ਰੁਕਣਾ ਚਾਹੀਦਾ ਜੀ, ਤੁਹਾਡਾ ਕੰਮ ਨਹੀਂ ਰੁਕੂਗਾ ਜੀ, ਤਾਂ ਫਿਰ ਬਹੁਤ ਵਧੀਆ ਲੱਗਦਾ। ਨਾਲੇ ਇੱਕ ਚੀਜ਼ ਇਹ ਵੀ ਆ ਬਾਈ, ਖਾਸ ਗੱਲ ਇਹ ਹੈ ਕਿ ਮੇਰੇ ਖਿਆਲ ਸ਼ੂਟਿੰਗ ਤੋਂ ਬਾਅਦ ਤੁਸੀਂ ਹੁਣ ਆਏ ਹੋ, ਹੈ ਨਾ, ਪਿੰਡ 'ਚ? ਹਾਂ, ਇੱਕ ਦੋ ਵਾਰ ਬਾਅਦ 'ਚ ਵੀ ਆਏ ਸੀਗੇ, ਅਤੇ ਮੈਨੂੰ ਵਧੀਆ ਲੱਗਦਾ ਕਿ ਜਿੱਥੇ ਤਾਂ ਵੈਸੇ ਤਾਂ ਫਿਲਮ ਵਾਲੇ ਜਿੱਥੇ ਜਾਂਦੇ ਨੇ ਪਿੰਡ ਵਾਲੇ ਮੁੜ ਕੇ ਨਹੀਂ, ਮੁੜ ਕੇ ਨਿਕਲਦੇ, ਉਹ ਕਹਿੰਦਾ ਮਸਾਂ ਹੱਥ ਜੋੜ ਕੇ ਕੱਢਦੇ ਆ। ਪਰ ਅਸੀਂ, ਸਾਡੀ ਪਹਿਲੀ ਇਹੀ ਸੀਗੀ ਕਿ ਯਾਰ ਇਸ ਤਰੀਕੇ ਨਾਲ ਕੰਮ ਕਰਨਾ ਕਿ ਪਿੰਡ ਵਾਲਿਆਂ ਨੂੰ ਵੀ ਵਧੀਆ ਲੱਗੇ। ਪਰ ਇੱਕ ਸਵਾਦ ਇਹ ਵੀ ਚੀਜ਼ ਆਈ ਹੈ ਕਿ ਪਿੰਡ ਵਾਲਿਆਂ ਨੂੰ ਕਿੰਨੀ ਖੁਸ਼ੀ ਹੋਈ ਹੈ ਕਿ ਬਈ ਫਿਲਮ ਤੋਂ ਬਾਅਦ ਕੋਈ ਕਲਾਕਾਰ ਇੱਥੇ ਆਇਆ ਆਪਣੀ ਪ੍ਰਮੋਸ਼ਨ ਵਾਸਤੇ, ਲੋਕਾਂ ਨੂੰ ਭਾਵੇਂ ਮਿਲਣ ਵਾਸਤੇ। ਹਾਂ ਯਾਰ, ਮੈਨੂੰ ਐਂ ਲੱਗਦਾ ਵੀ ਇੱਕ ਵਾਰੀ ਜਿੱਥੇ ਆਪਾਂ ਨਿਕਲ ਜਾਈਏ ਮੁੜ ਕੇ ਆਉਂਦੇ ਨਹੀਂ, ਹੈ ਨਾ, ਸ਼ੂਟ ਕਰਕੇ ਅਗਲਾ ਕਹਿੰਦਾ ਫਿਲਮ ਬਣ ਗਈ ਆਪਾਂ ਕੀ ਲੈਣਾ,
ਤਾਂ ਵਧੀਆ ਲੱਗਦਾ ਦੁਬਾਰਾ ਇੱਥੇ ਆ ਕੇ ਮੈਂ ਦੇਖਣਾ ਇੰਨਾ ਬਦਲ ਗਿਆ ਅਤੇ ਪਿੰਡ ਵਾਲੇ ਫਿਰ ਚਾਅ ਕਰਦੇ ਆ, ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਆ ਯਾਰ ਇੱਥੇ ਸ਼ੂਟ ਕਰਕੇ ਗਏ ਆ ਅਤੇ ਦੁਬਾਰਾ ਆਏ ਨੇ ਕਿ ਸਾਡੇ ਪਿੰਡ ਦੀ ਚੜ੍ਹਾਈ ਹੋਊਗੀ ਜਾਂ ਕੁਛ ਇੱਦਾਂ ਲਾ ਲਓ ਕਿ ਕੋਈ ਜਿੱਦ ਹਰ ਤਰ੍ਹਾਂ ਦੀ ਬੰਦੇ ਦੀ ਵੱਖੋ ਵੱਖਰੀ ਖੁਸ਼ੀ ਹੁੰਦੀ। ਐਂਡ ਜੱਗੀ ਬਾਈ ਇੱਕ ਚੀਜ਼ ਜਿਹੜੀ ਬੜੀ ਘੈਂਟ ਹਮੇਸ਼ਾ ਮੈਨੂੰ ਲੱਗਦੀ ਆ ਕਿ ਭੋਲਾ ਜਿਹੜਾ ਕਿਰਦਾਰ ਸਡਨਲੀ ਫਿਲਮ 'ਚ ਲਿਆਂਦਾ ਸੀਗਾ, ਹੈ ਨਾ, ਵੀ ਮਤਲਬ ਪਤਾ ਹੀ ਨਹੀਂ ਸੀਗਾ ਵੀ ਯਾਰ ਇਹ ਵੀ ਕਿਰਦਾਰ ਕਦੀ ਪਛਾਣ ਬਣ ਜੂਗੀ, ਹੈ ਨਾ, ਆਪਣੀ ਗੱਲ ਹੋਣ ਲੱਗ ਜੂਗੀ ਇਸ ਕਿਰਦਾਰ ਦੇ ਨਾਲ, ਵੀ ਨਾਂ ਤੋਂ ਨਹੀਂ ਲੋਕੀ ਮੈਨੂੰ ਕਈ ਭੋਲੇ ਤੋਂ ਵੀ ਜਾਣਨਗੇ। ਹੁਣ ਕਿੰਨੇ ਲੋਕੀ ਹੁੰਦੇ ਹੋਣੇ, ਹੈ ਨਾ, ਵੀ ਜਿਹੜੇ ਨਾਂ ਤੋਂ ਨਹੀਂ ਜਾਣਦੇ, ਪਤਾ ਨਹੀਂ ਹੋਣਾ ਕਿਸ ਨੂੰ, ਨਾ ਜਗਜੀਤ ਆ, ਪਰ ਸ਼ਕਲ ਦੇ ਭੋਲੇ ਤੋਂ ਬਈ ਸਾਰੇ ਕਹਿੰਦੇ ਹੋਣਗੇ ਵੀ ਇਹ ਤੁਹਾਡਾ ਭੋਲਾ ਆ। ਇੱਥੇ ਪਹਿਲਾਂ ਆਏ ਸੀਗੇ ਆ ਕੇ ਕਹਿੰਦੇ ਭਾਈ ਜਗਜੀਤ ਸੰਧੂ ਦੀ ਸ਼ੂਟਿੰਗ ਆ ਤਾਂ ਮੱਥੇ 'ਤੇ ਤਿਉੜੀਆਂ ਹੀ ਆ ਜਾਂਦੀਆਂ ਜੀ। ਅੱਛਾ, ਅਤੇ ਜਦੋਂ ਕਹਿਣਾ ਵੀ ਭਾਈ ਜਿਹੜੇ ਭੋਲਾ ਉਹ ਭੋਲਾ ਭਾਅ ਜੀ, ਅੱਛਾ ਕੀ ਚਾਹੀਦਾ ਤੁਹਾਨੂੰ, ਦੱਸੋ ਕੀ ਲਿਆ ਕੇ ਚਾਹੀਦਾ ਤੁਹਾਨੂੰ, ਅਸੀਂ ਲਿਆ ਕੇ ਦਿੰਦੇ ਹਾਂ, ਹੈ ਨਾ। ਸਭ ਵਧੀਆ ਲੱਗਦਾ ਯਾਰ ਕਿ ਲੋਕ ਪਿਆਰ ਕਰਦੇ ਆ ਕਰੈਕਟਰ ਨੂੰ, ਹੈ ਨਾ, ਜਿਹੜੀ ਕਹਾਣੀ ਅਸੀਂ ਕਹਿਣਾ ਚਾਹੁੰਦੇ ਸੀ ਫਿਲਮ 'ਚ ਤਾਂ ਮੈਨੂੰ ਲੱਗਦਾ ਕੋਈ ਐਸੇ ਪਿੰਡ 'ਚ ਹੀ ਕਹੀ ਜਾ ਸਕਦੀ ਸੀਗੀ, ਹੈ ਨਾ। ਸਾਨੂੰ ਇਹ ਜਗ੍ਹਾ ਦੀ ਲੋੜ ਸੀਗੀ, ਇਹ ਲੋਕੇਸ਼ਨ ਬਹੁਤ ਸੋਹਣੀ ਆ ਜਿੱਥੇ ਆਪਾਂ ਅੱਜ ਬੈਠੇ ਹਾਂ, ਹੈ ਨਾ। ਗੁੱਗਾ ਮਾੜੀਆਂ ਸਾਡੇ ਕਲਚਰ ਦਾ ਪਾਰਟ ਨੇ, ਸਭ ਤੋਂ ਵੱਡਾ ਪਾਰਟ, ਹੈ ਨਾ। ਮੈਨੂੰ ਲੱਗਦਾ ਕਿ ਅਸੀਂ ਆਪਣੇ ਕਲਚਰ ਨਾਲ ਸਿਨੇਮੇ ਨੂੰ ਵੱਡਾ ਕਰ ਸਕਦੇ ਹਾਂ। ਸੋ ਅਸੀਂ ਇੱਥੇ ਪਿੰਡ 'ਚ ਆਏ, ਹੈ ਨਾ, ਇਹਨਾਂ ਨੂੰ ਕਦੇ ਦਿਖਾਇਆ ਨਹੀਂ ਗਿਆ ਫਿਲਮਾਂ ਦੇ ਵਿੱਚ ਉਸ ਲੈਵਲ 'ਤੇ ਵੀ ਕੀ ਹੈ ਨਾ ਚੀਜ਼ਾਂ। ਕਈ ਸਾਰੀਆਂ ਫਿਲਮਾਂ ਹੁਣ ਮੋਸਟਲੀ ਬਾਹਰ ਬਣਦੀਆਂ, ਹੈ ਨਾ, ਠੀਕ ਹੈ, ਪਰ ਬਾਹਰ ਲੈ ਲਓ ਕਿ ਮੈਨੂੰ ਲੱਗਦਾ ਪੰਜਾਬ ਨੂੰ, ਕਰੰਟ ਪੰਜਾਬ ਨੂੰ ਦੇਖਣਾ ਪਸੰਦ ਕਰਨਗੇ ਨਾ। ਹੁਣ ਅੱਜ ਦੀ ਡੇਟ 'ਚ ਇਸ਼ੂ ਹੀ ਇਹੀ ਹੈ ਨਾ। ਹੁਣ ਜਦੋਂ ਅਸੀਂ ਇਸ ਪਿੰਡ 'ਚ ਆਏ ਸੀ ਸ਼ੂਟ ਕਰਨ ਅਤੇ ਜਦੋਂ ਹੁਣ ਮੈਂ ਵਾਪਸ ਆਇਆ, ਸਾਨੂੰ 7-8 ਮਹੀਨੇ ਹੋਏ ਆ, ਕਿੰਨਾ ਕੁਛ ਬਦਲ ਗਿਆ। ਅਤੇ ਮੈਨੂੰ ਹੁਣ ਮੇਰਾ ਦਿਲ ਹੋਰ ਤਰ੍ਹਾਂ ਹੋਈ ਜਾਂਦਾ ਜਦੋਂ ਇਹਨਾਂ ਨੇ ਦੱਸਿਆ ਕਿ ਜਿਹੜੀ ਇਹ ਜਗ੍ਹਾ ਵੀ ਹੈ ਨਾ, ਇਹ ਵੀ ਹਾਈਵੇ ਦੇ ਵਿੱਚ ਆ ਗਈ। ਅਤੇ ਇਹੀ ਸਾਡੀ ਕਹਾਣੀ ਅਸੀਂ ਕਹਿਣਾ ਚਾਹੁੰਦੇ ਸੀਗੇ, ਪਰ ਚਲੋ ਖੁਸ਼ਕਿਸਮਤੀ ਹੈ ਕਿ ਇਹ ਡਾਕੂਮੈਂਟ ਬਣ ਗਿਆ ਸਾਡੀ ਫਿਲਮ ਇੱਕ, ਹੈ ਨਾ। ਇਹ ਪਿੰਡ ਸਾਰੀ ਉਮਰ ਇਹਨਾਂ ਦੇ ਬੱਚੇ ਜਿਹੜੇ ਛੋਟੇ ਛੋਟੇ ਹੈ ਨਾ, ਇਹ ਯਾਦ ਰੱਖਣਗੇ ਕਿ ਇਹ ਜਗ੍ਹਾ ਇਹ ਸਾਡੇ ਪਿੰਡ ਦੀ ਸੀ। ਐਂਡ ਜੱਗੀ ਬਾਈ ਭੋਲੇ ਤੱਕ ਆਉਣ ਦਾ ਕਿੰਨਾ ਕੁ ਟਾਈਮ ਲੱਗਿਆ ਯਾਰ, ਕਿਉਂਕਿ ਇਹ ਬਹੁਤ ਵੱਡੀ ਚੀਜ਼ ਹੁੰਦੀ ਆ ਯਾਰ ਕਿ ਜਦੋਂ ਜ਼ਿੰਦਗੀ 'ਚ ਨਾ ਸਾਡੇ ਹਿੱਸੇ ਇੱਕ ਐਸੀ ਚੀਜ਼ ਆਉਂਦੀ ਆ ਜਿਹੜੀ ਸਾਡੇ ਨਾਲ ਪਛਾਣ ਬਣ ਜਾਂਦੀ ਆ, ਅਤੇ ਨਾਲੇ ਬੰਦੇ ਦੀ ਪਤਾ ਨਹੀਂ ਕਿੰਨੇ ਸਾਲਾਂ ਦੀ ਮਿਹਨਤ ਹੁੰਦੀ ਆ ਬਾਈ। ਸ਼ੁਰੂਆਤੀ ਦੌਰ ਕਦੀ ਸੋਚਿਆ ਸੀਗਾ ਕਿ ਹਾਂ ਯਾਰ ਵੀ ਇੱਥੇ ਕਦੀ ਆ ਪਹੁੰਚਾਂਗੇ, ਵੀ ਯਾਰ ਵੀ ਕਦੀ ਇਹੋ ਜਿਹਾ ਟਾਈਮ ਆਊਗਾ ਵੀ ਚੱਲ ਜ਼ਿੰਦਗੀ 'ਚ ਇੱਕ ਕਿਰਦਾਰ ਮਿਲੂਗਾ ਸਾਨੂੰ, ਉੱਥੇ ਐਕਚੁਅਲ 'ਚ ਪਛਾਣ ਬਣੂਗੀ ਕਿ ਹਾਂ ਬਈ ਉਸ ਕਿਰਦਾਰ ਦੇ ਨਾਲ ਅਸੀਂ ਉਹਨੂੰ ਬੁਲਾਏ ਜਾਵਾਂਗੇ। ਅਤੇ ਜੋ ਕਿਉਂਕਿ ਸ਼ੁਰੂਆਤੀ ਸਫ਼ਰ ਜਿਹੜਾ ਬੰਦਾ ਨਈ ਚੀਜ਼ਾਂ ਸੋਚਦਾ ਹੁੰਦਾ ਯਾਰ, ਉਸ ਟਾਈਮ ਕਿਹੜਾ ਥੋਟ ਚੱਲਦਾ ਹੁੰਦਾ ਸੀਗਾ ਜਾਂ ਇੱਥੋਂ ਤੱਕ ਆਉਣ ਦਾ ਕਿੰਨਾ ਕੁ ਜ਼ੋਰ ਲੱਗਿਆ ਯਾਰ? ਮੈਂ ਬਹੁਤ ਵਾਰੀ ਸੋਚਦਾ ਹੁੰਦਾ ਬਈ ਵੀ ਇਹ ਕਿਵੇਂ ਜੇ ਹੋ ਗਿਆ ਯਾਰ, ਹੈ ਨਾ। ਕਿੰਨੇ ਐਕਟਰ ਨੇ ਸਟਰਗਲ ਕਰਦੇ ਆ, ਕਿੰਨੇ ਆਰਟਿਸਟ ਨੇ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਾ, ਹੈ ਨਾ। ਫਿਰ ਮੈਨੂੰ ਲੱਗਦਾ ਹੁੰਦਾ ਪਹਿਲਾਂ ਯਾਰ ਮੈਂ ਨਾ ਸੱਚੀ ਪੁੱਛੇ ਮੈਂ ਪਹਿਲਾਂ ਨਾਸਤਿਕ ਜਿਹਾ ਹੁੰਦਾ ਸੀਗਾ, ਹੈ ਨਾ। ਅਤੇ ਹੁਣ ਮੈਨੂੰ ਲੱਗਦਾ ਕਿ ਯਾਰ ਕੋਈ ਹੈ ਕਿ ਜਿਹੜਾ ਇਸ ਚੀਜ਼ ਨੂੰ ਦੇਖ ਰਿਹਾ, ਸ਼ਾਇਦ ਪਤਾ ਨਹੀਂ ਉਹ ਚੁਣ ਲੈਂਦਾ ਕਿ ਇਸ ਬੰਦੇ ਨੂੰ ਲਿਆਓ, ਹੈ ਨਾ, ਉਹ ਬਾਂਹ ਫੜਦਾ ਤੁਹਾਡੀ ਆ ਕੇ, ਹੈ ਨਾ। ਹੁਣ ਮੈਨੂੰ ਹੁਣ ਹਾਲਾਂਕਿ ਸਕਸੈਸ ਤੋਂ ਬਾਅਦ ਤੁਸੀਂ ਬਦਲਦੇ ਹੋ, ਮੈਨੂੰ ਲੱਗਦਾ ਸਕਸੈਸ ਤੋਂ ਬਾਅਦ ਮੈਂ ਇਸ ਚੀਜ਼ ਨੂੰ ਮੰਨਣ ਲੱਗਿਆ ਕਿ ਯਾਰ ਇੰਨੇ ਜੋਗੇ ਹੈ ਨਹੀਂ ਸੀਗੇ ਕਿ ਕਿਵੇਂ ਜੇ ਅਸੀਂ ਇੱਥੇ ਜੇ ਪਹੁੰਚ ਗਏ, ਹੈ ਨਾ। ਹਾਲਾਂਕਿ ਉਸ ਤੋਂ ਬਾਅਦ ਬੰਦਾ ਜਦੋਂ ਕਹਿੰਦੇ ਆਪਣੀ ਮੰਨਤ ਮੰਗਣ ਲਈ ਰੱਬ ਕੋਲ ਜਾਂਦੇ ਹਾਂ, ਜਦੋਂ ਪੂਰੀ ਹੋ ਜਾਂਦੀ ਹੈ ਸ਼ਾਇਦ ਮੁੜ ਕੇ ਨਹੀਂ ਜਾਇਆ ਜਾਂਦਾ। ਤਾਂ ਮੈਂ ਤਾਂ ਪੂਰੀ ਜਦੋਂ ਹੋ ਰਹੀ ਹੈ ਮੈਂ ਉਦੋਂ ਜਾ ਕੇ ਬਾਬਾ ਜੀ ਨੂੰ ਪੁੱਛ ਰਿਹਾ ਜਾਂ ਪੁੱਛ ਰਿਹਾ ਵੀ ਕਿਵੇਂ ਹੋ ਰਿਹਾ ਬਾਬਾ ਜੀ, ਵੀ ਅਸੀਂ ਇੰਨੇ ਲਾਇਕ ਹੈਗੇ ਹਾਂ ਵੀ ਕਿਵੇਂ, ਹੈ ਨਾ। ਚਲੋ ਇਹ ਪਰਸਨਲ ਗੱਲਾਂ ਨੇ ਮਨ ਦੀਆਂ, ਹੈ ਨਾ, ਮਨ ਨੂੰ ਤਸੱਲੀ ਦੇਣ ਵਾਲੀਆਂ, ਪਰ ਹੁਣ ਇਹ ਜੋਬ ਲੱਗਦੀ ਹੈ। ਫਿਰ ਮੈਂ ਤਾਂ ਇੱਕੋ ਅਰਦਾਸ ਕਰਦਾ ਹੁੰਦਾ ਬਾਬਾ ਜੀ ਵੀ ਤੁਸੀਂ ਸਾਡੀ ਇੱਕ ਡਿਊਟੀ ਲਾਈ ਹੈ, ਹੈ ਨਾ, ਕਿ ਇਸ ਕਲਾ ਨੂੰ ਇੱਥੇ ਤੱਕ ਲੈ ਕੇ ਜਾ। ਮੈਂ ਹੁਣ ਇਹ ਸੋਚਦਾ ਹੀ ਨਹੀਂ ਹੈ, ਪੈਰਾਮੀਟਰ 'ਤੇ ਆਉਂਦਾ ਹੀ ਨਹੀਂ ਵੀ ਲੋਕ ਜਾਣਨ ਲੱਗ ਗਏ, ਹੈ ਨਾ, ਉਸ ਕੈਟਾਗਰੀ 'ਚ ਨਹੀਂ ਆਉਂਦਾ, ਅੱਛਾ ਫਿਲਮਾਂ ਕਰਨ ਲੱਗ ਗਏ, ਬਹੁਤ ਅੱਗੇ ਜਾਣਾ,
ਮੈਨੂੰ ਐਂ ਕਿ ਹੁਣ ਰੱਬ ਨੇ ਜੇ ਫੜ ਕੇ ਇੱਥੇ ਲਿਆਂਦਾ ਹੈ ਨਾ ਤਾਂ ਹੁਣ ਡਿਊਟੀ ਲਾਈ ਹੋਈ ਹੈ ਬਾਈ ਤੂੰ ਇਹ ਕੰਮ ਕਰਨਾ ਅਤੇ ਇਮਾਨਦਾਰੀ ਨਾਲ ਕਰੀ ਅਤੇ ਅੱਗੇ ਵੀ ਹੁਣ ਇਹੀ ਅਰਦਾਸ ਕਰਦੇ ਹਾਂ ਜਦੋਂ ਮੈਂ ਮੱਥਾ ਟੇਕਣ ਜਾਂਦਾ ਅਤੇ ਬਾਬਾ ਜੀ ਕੋਈ ਵੀ ਕੰਮ ਕਰੀਏ ਅਤੇ ਇਮਾਨਦਾਰੀ ਨਾਲ ਕਰੀਏ। ਵਾਹ ਜੱਗੀ ਬਾਈ ਭੋਲੇ ਦਾ ਭੋਲਾ ਅਸਲ 'ਚ ਕਿਵੇਂ ਚੂਜ਼ ਹੋਇਆ ਸੀਗਾ ਕਿ ਇਹ ਫਿਲਮ 'ਚ ਕਿਵੇਂ ਪਹਿਲੀ ਵਾਰ ਕਿੱਥੇ ਭੋਲਾ ਸ਼ਬਦ ਇਹ ਆਇਆ ਕਿਵੇਂ ਤੁਹਾਡੇ ਤੱਕ ਪਹੁੰਚਿਆ ਕਿਵੇਂ? ਯਾਰ ਅਸੀਂ ਆਸੇ ਪਾਸੇ ਦੇਖੇ ਨਾ ਪਿੰਡ ਯਾਰ ਸਾਡੇ ਪਿੰਡਾਂ ਦੀ ਬਿਊਟੀ ਖਤਮ ਹੋ ਰਹੀ, ਡਿਵੈਲਪਮੈਂਟ ਦੇ ਅੰਡਰ ਜਿਹੜੇ ਆ ਰਹੇ ਆ ਨਾ ਚਾਹੇ ਉਹ ਜਿਵੇਂ ਮਰਜ਼ੀ ਰਹਿਣ। ਮੈਨੂੰ ਲੱਗਾ ਯਾਰ ਇਸ ਵਿਸ਼ੇ 'ਤੇ ਗੱਲ ਹੋਣੀ ਚਾਹੀਦੀ ਹੈ ਕਿ ਸਾਡੇ ਸਿਨੇਮੇ 'ਚ ਨਾ ਸਬਜੈਕਟ ਵਾਈਜ਼ ਫਿਲਮਾਂ ਬਹੁਤ ਘੱਟ ਬਣਦੀਆਂ, ਜੇ ਬਣਦੀਆਂ ਉਹ ਡਾਰਕ ਹੋ ਜਾਂਦੀਆਂ। ਫਿਰ ਮੈਂ ਲੱਗਿਆ ਯਾਰ ਭੋਲਾ ਇੱਕ ਇਹੋ ਜਿਹਾ ਜਿਹਨੂੰ ਲੋਕ ਪਿਆਰ ਕਰਦੇ ਆ ਵੀ ਇਹਦੇ ਥਰੂ ਇੱਕ ਇੰਟਰਟੇਨਮੈਂਟ ਦੇ ਥਰੂ ਆਪਾਂ ਗੱਲ ਕਰਦੇ ਹਾਂ। ਕਈ ਵਾਰੀ ਆਪਾਂ ਬਾਹਲੀ ਸੀਰੀਅਸ ਫਿਲਮ ਬਣਾ ਦਈਏ ਇਸ ਟੋਪਿਕ 'ਤੇ ਅਤੇ ਡਾਕੂਮੈਂਟਰੀ ਬਣ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈ ਨਾ। ਮੈਨੂੰ ਲੱਗਾ ਲੋਕ ਇਸ ਕਰੈਕਟਰ ਨੂੰ ਪਿਆਰ ਕਰਦੇ ਇਹਦੇ ਥਰੂ ਗੱਲ ਕਰਦੇ, ਲੈਕਚਰ ਕੋਈ ਨਹੀਂ ਇਸ ਫਿਲਮ 'ਚ, ਪਰ ਤੁਸੀਂ ਇੱਕ ਕੁਐਸਚਨ ਮਾਰਕ ਜੇ ਜ਼ਰੂਰ ਦੇਖੋਗੇ ਹਰ ਸੀਨ 'ਚ ਵੀ ਕਿਹੜੀ ਕਿਹੜੀ ਇਹ ਗੱਲ ਕਰਨਾ ਚਾਹੁੰਦੇ ਆ, ਹੈ ਨਾ। ਆਹ ਜਿਵੇਂ ਆਹ ਥੜਾ ਇੱਕ ਹੈ ਨਾ, ਅਸੀਂ ਇਹਨੂੰ ਬਹੁਤ ਚੰਗੇ ਤਰੀਕੇ ਨਾਲ ਯੂਜ਼ ਕਰਿਆ ਕਿ ਜਿਹੜੇ ਸਾਡੇ ਫੋਕ ਆਰਟਿਸਟ ਨੇ ਉਹ ਇੱਥੇ ਆ ਕੇ ਬਹਿ ਕੇ ਇੱਥੇ ਰਹਿੰਦੇ ਆ, ਇੱਥੇ ਹੀ ਚਾਹ ਬਣਾਉਂਦੇ ਆ, ਇੱਥੇ ਹੀ ਖਾਂਦੇ ਆ, ਜਿਹੜੇ ਅਸੀਂ ਰੀਅਲ ਨਕਾਲ ਯੂਜ਼ ਕੀਤੇ ਆ। ਅਤੇ ਉਹ ਇੱਕ ਤਰ੍ਹਾਂ ਦਾ ਸਟਾਇਰ ਵੀ ਹੈ ਕਿ ਜਿਨ੍ਹਾਂ ਦੀਆਂ ਆਵਾਜ਼ਾਂ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਗਾਇਕੀ ਨੂੰ ਦਿੱਤੀ ਕਿ ਉਹ ਇੱਥੇ ਬੈਠੇ ਹੋਏ ਆ, ਅਤੇ ਜਿਹੜੇ ਉੱਥੇ ਹੋਣੇ ਚਾਹੀਦੇ ਸੀ ਉਹ ਇੱਥੇ ਬੈਠੇ ਆ, ਹੈ ਨਾ, ਅਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾਤੀ। ਸੋ ਮੈਨੂੰ ਲੱਗਦਾ ਇੱਕ ਇੱਕ ਚੀਜ਼ ਆ ਜਿਹੜੀ ਇਸ ਫਿਲਮ 'ਚ ਉਸ ਤਰੀਕੇ ਨਾਲ ਰੱਖੀ ਗਈ ਹੈ ਕਿ ਸਬ ਟੈਕਸਟ ਬਹੁਤ ਵੱਡਾ। ਅਸੀਂ ਬਾਕੀ ਗੱਲਬਾਤ ਚੱਲਦੇ ਚੱਲਦੇ ਕਰਦੇ ਹਾਂ, ਆ ਜਾਓ ਆ ਜਾਓ। ਐਂਡ ਇੱਕ ਚੀਜ਼ ਜਿਹੜੀ ਸਾਨੂੰ ਘੈਂਟ ਲੱਗੀ ਕਿ ਪਿੰਡ ਦਾ ਮਾਹੌਲ ਵੀ ਜਿਹੜਾ ਹਰ ਇੱਕ ਕਲਾਕਾਰ ਦੇ ਹਿੱਸੇ ਹਰ ਇੱਕ ਇਨਸਾਨ ਦੇ ਹਿੱਸੇ ਜ਼ਰੂਰ ਆਉਂਦਾ ਹੈ ਨਾ। ਮੇਰੇ ਖਿਆਲ ਤੋਂ ਅੱਜ ਦੀ ਇਹ ਜਿਹੜੀ ਗੱਲਬਾਤ ਕਨਵਰਸੇਸ਼ਨ ਹੈਗੀ ਹੈ ਵਾਕਈ 'ਚ ਬੜੀ ਖਾਸ ਹੈ, ਕਿਉਂਕਿ ਇਕੱਲੇ ਇਕੱਲੇ ਪਿੰਡ ਦੇ ਜਵਾਕ ਨੂੰ ਵੱਡੇ ਨੂੰ ਭਾਵੇਂ ਲੇਡੀਜ਼ ਹੋਵੇ ਭਾਵੇਂ ਬੰਦਾ ਹੋਵੇ ਹਰ ਇੱਕ ਇਨਸਾਨ ਨੂੰ ਭੋਲਾ ਯਾਦ ਆ। ਇਹਨਾਂ ਨੇ ਤਾਂ ਮੇਲਾ ਹੀ ਲੱਗਿਆ ਹੋਇਆ ਸੀ ਇੱਥੇ ਜਦੋਂ ਸ਼ੂਟ ਸੀਗਾ ਨਾ, ਇਹ ਸਕੂਲ 'ਚ ਵੀ ਛੁੱਟੀ ਕਰ ਲੈਂਦੇ ਹੁੰਦੇ ਸੀਗੇ। ਸੋ ਮੈਨੂੰ ਤਾਂ ਇਹ ਵਧੀਆ ਲੱਗਦਾ ਸੀ ਯਾਰ ਇਹ ਲੋਕ ਨਾ ਸ਼ੂਟਿੰਗ ਦੇਖਣ ਬੱਚਿਆਂ ਨੂੰ ਖਾਸ ਤੌਰ 'ਤੇ। ਜਦੋਂ ਮੈਂ ਬੱਚਾ ਸੀਗਾ ਉਦੋਂ ਸਾਡੇ ਦਿਮਾਗਾਂ 'ਚ ਵੀ ਤਾਂ ਕਿਸੇ ਨੇ ਕੀੜਾ ਪਾਇਆ ਨਾ ਵੀ ਐਕਟਿੰਗ ਹੁੰਦੀ ਹੈ, ਅੱਜ ਰੱਬ ਨੇ ਇੱਥੇ ਪਹੁੰਚਾਇਆ। ਤਾਂ ਮੈਨੂੰ ਲੱਗਦਾ ਜੇ ਇਸ ਪਿੰਡ 'ਚ ਆਹ ਜਿੰਨੇ ਵੀ ਫਿਰਦੇ ਆ ਕਿਸੇ ਨੂੰ ਵੀ ਪਤਾ ਲੱਗ ਗਿਆ ਵੀ ਮੈਂ ਐਕਟਰ ਬਣਨਾ, ਅਤੇ ਮੈਨੂੰ ਲੱਗਦਾ ਸਾਡੇ ਤੋਂ ਕਾਮਯਾਬ ਕੋਈ ਚੀਜ਼ ਨਹੀਂ। ਇਹਨੂੰ ਪੁੱਛਦੇ ਹਾਂ ਆਪਾਂ ਐਕਟਰ ਬਣਨਾ ਨਾ ਜੀ ਕਿਹਦੇ ਵਰਗਾ ਬਣਨਾ? ਭੋਲੇ ਵਰਗਾ ਜੀ। ਕੀੜਾ ਹੁਣ ਜਿਹਦੇ ਮਨ 'ਚ ਬਹਿ ਗਿਆ ਤਾਂ ਮੈਨੂੰ ਲੱਗਦਾ ਇਹ ਮੁੰਡਾ ਬਹੁਤ ਅੱਗੇ ਜਾਊਗਾ ਆਉਣ ਵਾਲੇ ਸਮੇਂ 'ਚ। ਇੰਨੀ ਕੁ ਗੇਮ ਹੁੰਦੀ ਹੈ, ਤੁਹਾਨੂੰ ਇਸ ਉਮਰ 'ਚ ਇਹ ਪਤਾ ਲੱਗ ਗਿਆ ਨਾ ਤੁਸੀਂ ਕਰਨਾ ਕੀ ਹੈ। ਦੇਖੋ ਪੂਰੀ ਉਮਰ ਪਈ ਹੈ ਇਹਨਾਂ ਕੋਲ, ਇਹਨਾਂ ਨੇ ਕਿਤੇ ਪਹੁੰਚ ਜਾਣਾ। ਭੋਲੇ ਨੂੰ ਕਦੋਂ ਲੱਗਿਆ ਸੀ ਕਿ ਉਹਨੇ ਕਲਾਕਾਰ ਬਣਨਾ? ਬਸ ਮੈਂ ਇਦੋਂ ਥੋੜ੍ਹਾ ਜਿਹਾ ਵੱਡਾ ਸੀ, ਇਹਦੇ ਜਿੱਡਾ ਹੀ ਸੀ ਵੈਸੇ ਤਾਂ। ਅੱਛਾ, ਹਾਂ ਇਹਦੇ ਜਿੱਡਾ ਹੀ ਸੀਗਾ। ਐਵੇਂ ਪੁੱਛਿਆ ਸੀਗਾ ਜਿਵੇਂ ਹੁਣ ਤੁਸੀਂ ਪੁੱਛਿਆ? ਹਾਂ ਪੁੱਛਿਆ ਤਾਂ ਨਹੀਂ ਸੀ। ਇਹ ਮਤਲਬ ਦਿਲ ਦੀ ਭਾਵਨਾ ਕਿਵੇਂ ਸਾਹਮਣੇ ਆਈ ਸੀਗੀ? ਦਿਲ ਦੀ ਭਾਵਨਾ ਮੈਨੂੰ ਤਾਂ ਕੋਈ ਚੱਕ ਕੇ ਲੈ ਗਿਆ ਸੀਗਾ ਵੀ ਇਹ ਮੁੰਡਾ ਸ਼ਰਾਰਤੀ ਜਿਹਾ ਹੈ ਨਾ ਵੀ ਇਹ ਐਕਟਿੰਗ ਕਰੂਗਾ, ਤਾਂ ਮੈਨੂੰ ਲੱਗਦਾ ਜੇ ਤੁਹਾਨੂੰ ਇਸ ਉਮਰ 'ਚ ਪਤਾ ਹੀ ਲੱਗ ਗਿਆ ਨਾ ਕੀ ਕਰਨਾ ਤਾਂ ਇਹਨੇ ਬਣ ਜਾਣਾ। ਉਹ ਇਹ ਭੁੱਲੇ ਹੋਏ ਦੇਖ ਕੇ ਮੈਨੂੰ ਐਂ ਲੱਗਿਆ ਕਿ ਪਹਿਲਾਂ ਤਾਂ ਸਪੋਰਟਿੰਗ ਕਰੈਕਟਰ 'ਚ ਕੰਮ ਕੀਤਾ ਹੈ ਨਾ, ਉਹ ਇਹ ਭੁੱਲੇ ਹੋਏ ਦੇਖ ਕੇ ਐਵੇਂ ਲੱਗਿਆ ਕਿ ਜਿੱਦਾਂ ਸੋਲੋ ਪਰਫੋਰਮਰ ਕੋਈ ਪਰਫੋਰਮ ਕਰਨ ਆਇਆ ਐਤਕੀ ਸਿਨੇਮਾ 'ਚ ਜਿਹਦੀ ਕਿ ਇਕੱਲੇ ਦੀ ਕਲਾਕਾਰੀ ਦਿਖੂਗੀ। ਇਹ ਯਾਰ ਬੜਾ ਟੈਕਨੀਕਲ ਜਿਹਾ ਸਵਾਲ ਆ ਹੈ ਨਾ। ਦੇਖੋ ਮੈਨੂੰ ਲੱਗਦਾ ਵੀ ਉਹ ਵੀ ਮੇਰੇ ਲਈ ਕਰਨਾ ਜ਼ਰੂਰੀ ਸੀਗਾ ਹੈ ਨਾ, ਵੀ ਸਾਨੂੰ ਫਿਰ ਪਤਾ ਕਿਵੇਂ ਲੱਗਦਾ ਵੀ ਅਸੀਂ ਸਿੰਗਲ ਆਉਣਾ, ਉਹ ਟ੍ਰੇਨਿੰਗ ਪਾਰਟ ਕਹਿ ਲਓ ਹੈ ਨਾ, ਅਤੇ ਸਿੱਖਣਾ ਵੀ ਚਾਹੀਦਾ ਬੰਦੇ ਨੂੰ। ਮੈਂ ਨਹੀਂ ਸੀ ਚਾਹੁੰਦਾ ਵੀ ਇੱਕਦਮ ਆਪਾਂ ਉਸ ਕੈਟਾਗਰੀ 'ਚ ਆਈਏ ਕਿ ਸ਼ੁਰੂ ਤੋਂ ਹੀ ਸੋਚਣ ਲੱਗ ਜਾਈਏ ਵੀ ਲੀਡ ਕਰਨਾ ਲੀਡ ਕਰਨਾ, ਮੈਂ ਇੱਦਾਂ ਦੀ ਮੱਤ ਨਹੀਂ ਚਾਹੁੰਦਾ। ਛੋਟੇ ਛੋਟੇ ਕਰੈਕਟਰ ਕਰਕੇ ਸਾਨੂੰ ਪਤਾ ਲੱਗਿਆ ਕਿ ਪੋਟੈਂਸ਼ੀਅਲ ਹੈ। ਸੋ ਮੈਂ ਹਮੇਸ਼ਾ ਚਾਹੁੰਦਾ ਸੀ ਕਿ ਸਾਡੇ ਜਿਹੜੇ ਪੰਜਾਬੀ ਫਿਲਮਾਂ ਨੇ ਨਾ ਇਹ ਸਬਜੈਕਟਿਕ ਵਾਈਜ਼ ਫਿਲਮਾਂ ਨਹੀਂ ਬਣਦੀਆਂ, ਕਿ ਇੱਕ ਕਰੈਕਟਰ ਦੇ ਥਰੂ ਕਹਾਣੀ ਕਹਿਣੀ। 8-9 ਜਣੇ ਹੁੰਦੇ ਆ ਤਾਂ ਮੈਨੂੰ ਲੱਗਦਾ ਹੁੰਦਾ ਤਾਂ ਟੀਮ ਵਰਕ ਆ, ਮੈਂ ਨਹੀਂ ਕਹਿੰਦਾ ਵੀ ਹਰ ਕਰੈਕਟਰ ਦੀ ਇੱਕ ਜਰਨੀ ਹੁੰਦੀ ਹੈ। ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਉਹ 8 ਜਣਿਆਂ 'ਚੋਂ ਜੇ 2 ਵੀ ਕੱਢਦੀ ਹੈ ਨਾ ਤਾਂ ਫਿਲਮ ਨੂੰ ਕੋਈ ਫਰਕ ਨਹੀਂ ਪੈਂਦਾ,
ਤੇ ਮੈਂ ਇਦਾਂ ਦੀ ਫਿਲਮ 'ਚ ਕੰਮ ਕਰਨਾ ਚਾਹੁੰਦਾ ਸੀ ਵੀ ਇਸ ਫਿਲਮ 'ਚ ਜਿੰਨੇ ਵੀ ਹੈਗੇ ਆ ਨਾ ਬਾਈ ਉਹਦੇ 'ਚੋਂ ਇੱਕ ਵੀ ਤੁਸੀਂ ਪਿੱਛੇ ਖਿੱਚ ਲਓ ਚਾਹੇ ਉਹ ਇੱਕ ਸੀਨ ਲਈ ਆਇਆ ਤਾਂ ਮੈਨੂੰ ਲੱਗਦਾ ਸੀ ਮੇਰੀ ਫਿਲਮ ਨੂੰ ਤਾਂ ਬਹੁਤ ਫਰਕ ਪੈ ਰਿਹਾ ਤਾਂ ਬਹੁਤ ਇੰਪੋਰਟੈਂਟ ਹੋਣਾ ਚਾਹੀਦਾ ਇਹ ਚੀਜ਼ ਹੈ ਨਾ ਹੁਣ ਜਿਵੇਂ ਇੱਕ ਕਰੈਕਟਰ ਬੇਸ ਸਿਨੇਮਾ ਹਸਾ ਅਸੀਂ ਬਹੁਤ ਲੈਂਦੇ ਹਾਂ ਚੁਟਕਲੇ ਵਾਲੀਆਂ ਫਿਲਮਾਂ ਬਣਦੀਆਂ ਸਾਡੀਆਂ ਤਾਂ ਮੈਂ ਚਾਹੁੰਦਾ ਸੀ ਕਰੈਕਟਰ ਦੇ ਅੰਦਰ ਬਹੁਤ ਘੱਟ ਜਾਂਦੇ ਆ ਕਿ ਉਹਦੇ ਥਰੂ ਇੰਨੀ ਬਰੀਕੀ 'ਚ ਨਹੀਂ ਜਾਂਦੇ ਸੋ ਮੈਨੂੰ ਲੱਗਦਾ ਵੀ ਆਪਾਂ ਤਾਂ ਸ਼ੁਰੂਆਤ ਕਰੀਏ ਅਤੇ ਭੋਲੇ ਥਰੂ ਜਦੋਂ ਮੈਨੂੰ ਲੱਗਦਾ ਆਪਾਂ ਐਨੀਮਲ ਫਿਲਮ ਦੇਖੀਏ ਨਾ ਅਰਜੁਨ ਰੈਡੀ ਕਬੀਰ ਸਿੰਘ ਫਿਲਮ ਦੇਖੀਏ ਹੋਰ ਵੀ ਜਿਹੜੀਆਂ ਕਰੈਕਟਰ ਬੇਸ ਜੋਕਰ ਦੇਖ ਲਈਏ ਇਹ ਇੰਟਰਨੈਸ਼ਨਲ ਐਗਜ਼ਾਮਪਲਸ ਨੇ ਕਿ ਜਦੋਂ ਤੁਸੀਂ ਇੱਕ ਕਰੈਕਟਰ ਦੇ ਇੰਨਾ ਨੇੜੇ ਹੋ ਕੇ ਕੰਮ ਕਰਦੇ ਹੋ ਨਾ ਫਿਰ ਚੀਜ਼ਾਂ ਬਹੁਤ ਬਦਲਦੀਆਂ ਨੇ ਪਰ ਮੈਂ ਨਹੀਂ ਕਹਿੰਦਾ ਕਿ ਇਕੱਲਾ ਆਪ ਹੀ ਦੱਬੀ ਜਾਂਦਾ ਸਮਟਾਈਮਸ ਉਹ ਜ਼ਿੰਮੇਵਾਰੀ ਵੱਡੀ ਵੱਧ ਜਾਂਦੀ ਹੈ ਮੈਂ ਨਹੀਂ ਕਹਿੰਦਾ ਕਿ ਇਹ ਇੱਕ ਵਨ ਮੈਨ ਆਰਮੀ ਸ਼ੋਅ ਆ ਮੈਨੂੰ ਲੱਗਦਾ ਉਨੀ ਤੁਹਾਡੀ ਜ਼ਿੰਮੇਵਾਰੀ ਵੱਧਦੀ ਹੈ ਕਿ ਬਈ ਇਹ ਹੁਣ ਕਹਾਣੀ ਤੇਰੇ 'ਤੇ ਆ ਇਕੱਲੇ 'ਤੇ ਵੀ ਤੂੰ ਹੁਣ ਇਹਨੂੰ ਲੈ ਕੇ ਜਾਣਾ ਅੱਗੇ ਹੁਣ ਅੱਗੇ ਤਾਂ ਲੋਕ ਦੱਸਣਗੇ ਹੈ ਨਾ ਸੋ ਮੈਨੂੰ ਲੱਗਦਾ ਓਡੀ ਜ਼ਿੰਮੇਵਾਰੀ ਹੈ ਜਿੰਨਾ ਇਹ ਹਰ ਪਾਸੋਂ ਇਸ ਲੈਵਲ 'ਤੇ ਆਪਾਂ ਗੱਲ ਕਰ ਸਕਦੇ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਸਿੰਗਲ ਮੈਨ ਇੱਕ ਬੰਦਾ ਕੰਮ ਕਰ ਰਿਹਾ ਇਹਦੇ 'ਚ ਹੋਰ ਵੀ ਆਰਟਿਸਟ ਹੈਗੇ ਆ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਕਹਿਣ ਦਾ ਭਾਵ ਕਿ ਇੱਕ ਚੀਜ਼ ਇਹ ਹੁੰਦੀ ਹੈ ਇਕੱਲੇ ਬੰਦੇ ਦੀ ਕਲਾਕਾਰੀ ਦੇਖਦੀ ਆ ਪਰ ਇੱਕ ਚੀਜ਼ ਮੈਂ ਇਹਦੇ 'ਚ ਤਾਂ ਵੀ ਐਡ ਇਸ ਕਰਕੇ ਕਰਨਾ ਚਾਹੂੰਗਾ ਕਿਉਂਕਿ ਰੁਪਿੰਦਰ ਗਾਂਧੀ ਹੋਵੇ ਜਾਂ ਹੋਰ ਜਿਹੜੀਆਂ ਫਿਲਮਾਂ ਕੀਤੀਆਂ ਨੇ ਸਾਰਿਆਂ ਨੇ ਪ੍ਰਭਾਵ ਤਾਂ ਪਾਇਆ ਪਰ ਇੱਕ ਜਦੋਂ ਆਪਾਂ ਬਾਹਰਲੀ ਫਿਲਮ ਕਰ ਲੈਂਦੇ ਨਾ ਬੋਲੀਵੁੱਡ ਦੀ ਪਤਾਲ ਲੋਕ ਉਹ ਚੀਜ਼ ਬੜਾ ਕੁਛ ਸਿਖਾ ਕੇ ਜਾਂਦੀ ਹੈ ਸਪੈਸ਼ਲੀ ਕਿਉਂਕਿ ਉੱਥੇ ਸੋਲੋ ਪਰਫਾਰਮੈਂਸ 'ਤੇ ਬੇਸ਼ੱਕ ਤੁਸੀਂ ਭਾਵੇਂ ਚਾਰ ਜਣੇ ਕੰਮ ਕਰ ਰਹੇ ਹੋ ਪਰ ਕਲਾਕਾਰੀ ਇਕੱਲੇ ਇਕੱਲੇ ਬੰਦੇ ਦੀ ਦਿਖਦੀ ਚੰਗੇ ਤਰੀਕੇ ਨਾਲ ਦਿਖਦੀ ਹੈ ਇਹ ਹੈਗਾ ਸੱਚ ਇਹ ਹਾਂ ਯਾਰ ਮੈਂ ਉੱਥੇ ਜਾ ਕੇ ਬਹੁਤ ਕੁਛ ਸਿੱਖਿਆ ਹੈ ਨਾ ਮੈਨੂੰ ਇਹ ਵੀ ਕਹਿੰਦੇ ਰੱਬ ਫੜ ਕੇ ਬਾਹ ਉੱਥੇ ਵੀ ਲੈ ਗਿਆ ਨਾ ਵੀ ਇੱਥੇ ਜਾ ਮੈਨੂੰ ਉੱਥੇ ਪੈਸੇ ਨਾਲੋਂ ਜ਼ਿਆਦਾ ਇੰਟਰਸਟ ਇਹਦੇ 'ਚ ਹੁੰਦਾ ਸੀ ਵੀ ਇਹ ਕੰਮ ਜੇ ਕਿਵੇਂ ਕਰਦੇ ਆ ਮੈਂ ਈਡੀਆਂ 'ਚ ਬਹੁਤ ਇੰਟਰਸਟ ਰੱਖਦਾ ਰਾਈਟਰ ਟੀਮ 'ਚ ਬਹੁਤ ਇੰਟਰਸਟ ਰੱਖਦਾ ਪ੍ਰੋਡਕਸ਼ਨ 'ਚ ਬਹੁਤ ਇੰਟਰਸਟ ਰੱਖਦਾ ਸੀਗਾ ਵੀ ਦੇਖਾਂ ਤਾਂ ਸੀ ਵੀ ਇਹ ਕੀ ਕਰਦੇ ਨੇ ਇਹ ਹੁਣ ਕੋਈ ਉੱਤੋਂ ਥੋੜ੍ਹੀ ਆ ਜਾਂਦੇ ਆ ਇਹ ਇੰਨੀ ਮਿਹਨਤ 'ਚ ਕਿਉਂ ਖੱਪਦੇ ਆ ਇਹਨੇ ਅਤੇ ਮੈਂ ਹੈਰਾਨ ਹੁੰਦਾ ਮੈਨੂੰ ਹੁਣ ਲਾਸਟ ਫਿਲਮ ਮੈਂ ਕੀਤੀ ਸੀਗੀ ਹੈ ਨਾ ਆਉਣੀ ਆ ਅੱਗੇ ਛੇਤੀ ਅਨਾਊਂਸ ਹੋਊਗੀ ਬੋਲੀਵੁੱਡ ਦੀ ਵੱਡੀ ਫਿਲਮ ਆ ਉਹਦੇ 'ਚ ਮੈਨੂੰ ਇੱਕ ਏਡੀ ਮਿਲੀ ਕੁੜੀ ਅਤੇ ਬਾਅਦ 'ਚ ਮੈਨੂੰ ਪਤਾ ਲੱਗਿਆ ਉਹ ਬਹੁਤ ਵੱਡੇ ਘਰੋਂ ਸੀਗੀ ਮੈਂ ਇੰਡੀਆ ਲੈਵਲ ਦੀ ਗੱਲ ਕਰ ਸਕਦਾ ਵੀ ਉਹ ਏਡੇ ਅਮੀਰ ਘਰੋਂ ਸੀਗੀ ਅਤੇ ਮੈਂ ਉਹਨੂੰ ਬਾਅਦ 'ਚ ਹੱਸੀ ਜਾਵਾਂ ਮੈਂ ਤੈਨੂੰ ਕੀ ਲੋੜ ਪਈ ਹੈ ਅਤੇ ਉਹ ਪਤਾ ਕੀ ਏਡੀ ਸੀਗੀ ਉਸ ਫਿਲਮ ਦੇ ਵਿੱਚ ਉਹ ਕਹਿੰਦੀ ਮੈਂ ਸਿੱਖਣਾ ਹੈ ਇੱਥੋਂ ਕਿ ਪ੍ਰੋਡਿਊਸਰ ਕਿਵੇਂ ਬਣਨਾ ਪੈਸਾ ਤਾਂ ਕਹਿੰਦੀ ਮੇਰੇ ਕੋਲ ਹੈਗਾ ਅਤੇ ਮੈਂ ਯਾਰ ਇਹ ਚੀਜ਼ਾਂ ਕਿੱਡੀਆਂ ਘੈਂਟ ਨੇ ਇਹਨਾਂ ਦੀਆਂ ਹੈ ਨਾ ਵੀ ਜ਼ਰੂਰੀ ਨਹੀਂ ਤੁਹਾਡੀ ਜੇਬ 'ਚ ਪੈਸੇ ਨੇ ਤਾਂ ਤੁਸੀਂ ਪ੍ਰੋਡਿਊਸਰ ਬਣ ਜਾਓ ਸੋ ਇਹਨਾਂ ਚੀਜ਼ਾਂ ਉਹਨਾਂ ਤੋਂ ਤਾਂ ਬਾਹਲਾ ਸਿੱਖਿਆ ਮੈਂ ਫਿਰ ਮੈਨੂੰ ਲੱਗਿਆ ਕੋਈ ਕਹੇ ਨਾ ਕਰੇ ਅਸੀਂ ਆਪਣੀ ਇੰਡਸਟਰੀ ਜ਼ਰੂਰ ਕਰਾਂਗੇ ਇੱਥੇ ਹਰੇਕ ਕੋਈ ਕਹਿ ਦਿੰਦਾ ਵੀ ਇਹਨੂੰ ਕੋਈ ਸੀਰੀਅਸ ਨਹੀਂ ਲੈਂਦੇ ਇੱਥੇ ਪ੍ਰੋਫੈਸ਼ਨਲਿਜ਼ਮ ਨਹੀਂ ਜਿਹੜਾ ਸਾਡੇ ਨਾਲ ਕੰਮ ਕਰਕੇ ਗਿਆ ਜਿਹਨੂੰ ਮਰਜ਼ੀ ਪੁੱਛ ਲਓ ਵੀ ਪ੍ਰੋਫੈਸ਼ਨਲਿਜ਼ਮ ਨੂੰ ਪ੍ਰੋਟੋਕੋਲ ਨੂੰ ਫੋਲੋ ਕੀਤਾ ਗਿਆ ਕਿ ਨਹੀਂ ਚਾਹੇ ਰਾਈਟਰ ਹੋਵੇ ਚਾਹੇ ਏਡੀ ਹੋਵੇ ਜਿਹਨੂੰ ਮਰਜ਼ੀ ਪੁੱਛ ਸਕਦੇ ਉਹ ਹੀ ਭੁੱਲੇ ਉਹ ਦੌਰਾਨ ਸਾਨੂੰ ਇਸ ਚੀਜ਼ ਦਾ ਮਾਣ ਹੈ ਕਿ ਅਸੀਂ ਹਰ ਪ੍ਰੋਟੋਕੋਲ ਨੂੰ ਫੋਲੋ ਕੀਤਾ ਸਾਡੇ ਕੋਲ ਬਾਉਂਡ ਸਕ੍ਰਿਪਟ ਸੀਗੀ ਪ੍ਰੋਪਰ ਅਸੀਂ ਮੈਂ ਵੀ ਗਿਆ ਰੱਖੀ ਹਾਂ ਅਤੇ ਮੈਂ ਘਰੇ ਥੋੜ੍ਹੀ ਬੈਠਣਾ ਕਿ ਸਿੱਧਾ ਐਕਟਰ ਉੱਥੇ ਜਾਵੇ ਅਤੇ ਜਾ ਕੇ ਮੈਂ ਮੇਰੀ ਸਪੇਸ ਨਾਲ ਬਣੇ ਤਾਂ ਸਹੀ ਹੁਣ ਜੇ ਮੰਨ ਲਓ ਭੋਲਾ ਇੱਥੇ ਬੈਠਾ ਫਿਲਮ 'ਚ ਤੁਸੀਂ ਦੇਖੋਗੇ ਹੈ ਨਾ ਤਾਂ ਮੈਨੂੰ ਲੱਗਦਾ ਐਂ ਨਹੀਂ ਲੱਗਣਾ ਚਾਹੀਦਾ ਭੋਲਾ ਇੱਥੇ ਪਹਿਲੀ ਵਾਰੀ ਬੈਠਾ ਇਹ ਉਹਦਾ ਪਿੰਡ ਹੈ ਇਹ ਡੇਲੀ ਬਹਿੰਦਾ ਇੱਥੇ ਆ ਕੇ ਸੋ ਇੱਕ ਸਪੇਸ ਨਾਲ ਤੁਹਾਡੀ ਆਪਣੀ ਬਾਉਂਡਿੰਗ ਹੋ ਜਾਂਦੀ ਹੈ ਐਂਡ ਬਾਈ ਜਦੋਂ ਇੱਦਾਂ ਦੀ ਚੀਜ਼ਾਂ ਆਪਾਂ ਕਰਦੇ ਹਾਂ ਹਰ ਇੱਕ ਟੀਮ ਦੇ ਇਕੱਲੇ ਇਕੱਲੇ ਬੰਦੇ ਨਾਲ ਮਾਈਂਡ ਸੈੱਟ ਕਲੀਅਰ ਹੋਣਾ ਬੜਾ ਜ਼ਰੂਰੀ ਆ ਇਕੱਲਾ ਵਿਜ਼ਨ ਇੱਕ ਬੰਦਾ ਨਹੀਂ ਪੂਰਾ ਕਰ ਸਕਦਾ ਜੇ ਸਾਰੀ ਟੀਮ ਦਾ ਵਿਜ਼ਨ ਹੋਊਗਾ ਆਪਣੀ ਪ੍ਰੋਡਕਸ਼ਨ ਆ ਡਾਇਰੈਕਟਰ ਦਾ ਮਾਈਂਡ ਸੈੱਟ ਵੀ ਜ਼ਰੂਰੀ ਸੀਗਾ ਕਿ ਉਹਦੇ ਦਿਮਾਗ 'ਚ ਵੀ ਇੱਦਾਂ ਦੀ ਸੋਚ ਲਿਆਉਣੀ ਬਹੁਤ ਜ਼ਰੂਰੀ ਸੀਗੀ ਕਿ ਬਈ ਇਹ ਚੀਜ਼ ਦਿਖਾਉਣੀ ਹੈ ਮੇਰੇ ਉੱਪਰ ਤਾਂ ਡਿਪੈਂਡ ਕਰਦੇ ਕਰਦੇ ਪਰ ਇਕੱਲੇ ਇਕੱਲੇ ਟੀਮ ਮੈਂਬਰ 'ਤੇ ਡਿਪੈਂਡ ਕਰਦਾ ਆ ਟੀਮ ਵਾਸਤੇ ਔਖਾ ਸੀਗਾ ਸਭ ਤੋਂ ਵਧੀਆ ਗੱਲ ਸੀ ਕਿ ਬਈ ਸਾਰੇ ਮੁੰਡੇ ਯੰਗ ਨੇ ਵਰਿੰਦਰ 23-24 ਸਾਲ ਦਾ ਭੁੱਲਰ ਵੀ ਉਹਨੇ ਕਿ ਦਈ ਆ ਆਹ ਤਿੰਨ ਮੇਨ ਬੰਦੇ ਹੁੰਦੇ ਆ ਨਾ ਤੁਹਾਡਾ ਮੇਨ ਲੀਡ ਰਾਈਟਰ ਅਤੇ ਡਾਇਰੈਕਟਰ
ਸਾਡੀ ਤਿੰਨਾਂ ਦੀ ਜਿਹੜੀ ਥਿੰਕ ਸੀ ਨਾ ਅਸੀਂ ਇੱਕ ਪੇਜ 'ਤੇ ਸੋਚ ਲੈਂਦੇ ਹਾਂ, ਸਾਨੂੰ ਵਧੀਆ ਲੱਗਦਾ, ਉਹ ਵੀ ਕੁਛ ਕ੍ਰੀਏਟਿਵ ਜਿਹਾ ਕੱਢ ਕੇ ਲਿਆਉਂਦਾ, ਉੱਥੋਂ ਅਸੀਂ ਡਿਸਕਸ ਕਰਦੇ ਹਾਂ ਵੀ ਐਂ ਕਰਦੇ ਹਾਂ, ਦੈਟਸ ਇਟ, ਵੀ ਇਹ ਵਧੀਆ ਚੀਜ਼ ਹੈ। ਸੋ ਮੈਨੂੰ ਲੱਗਦਾ ਕਿ ਜਦੋਂ ਹਾਲਾਂਕਿ ਸਕ੍ਰਿਪਟ ਲਿਖੀ ਗਈ ਸੀ ਸਾਰੀ, ਜਦੋਂ ਵਰਿੰਦਰ ਵਿੱਚ ਆਇਆ ਤਾਂ ਉਹਨੂੰ ਲੱਗਿਆ ਯਾਰ ਸਕ੍ਰਿਪਟ ਤਾਂ ਠੀਕ ਹੈ, ਸੋਹਣੀ ਹੈ, ਉਹ 'ਚ ਮੈਂ ਕਿੱਥੇ ਦਿਖੂੰਗਾ। ਵੀ ਫਿਲਮ ਇੱਕ ਇੱਕ ਡਾਇਰੈਕਟਰ ਦਾ ਵੀ ਵਿਜ਼ਨ ਹੁੰਦਾ ਨਾ, ਪਰ ਜਦੋਂ ਤੁਸੀਂ ਫਿਲਮ ਦੇਖੋਗੇ ਨਾ, ਤੁਸੀਂ ਚੀਜ਼ ਨੂੰ ਮੰਨੋਗੇ ਕਿ ਵੀ ਇਹਦੇ 'ਚ ਡਾਇਰੈਕਟਰ ਦਾ ਇੱਕ ਪਾਰਟ ਹੈ, ਉਹਨੇ ਸਕਰੀਨ ਪਲੇ 'ਤੇ ਬਹੁਤ ਕੰਮ ਕਰਿਆ, ਕਿੱਥੋਂ ਸੀਨ ਖੁੱਲੂਗਾ, ਕਿਵੇਂ ਖੁੱਲਣਾ ਚਾਹੀਦਾ, ਇਹਨਾਂ ਚੀਜ਼ਾਂ 'ਤੇ ਬਹੁਤ ਕੰਮ ਕਰਿਆ। ਸੋ ਮੈਨੂੰ ਖੁਸ਼ੀ ਹੋਈ ਕਿ ਉਹਨੇ ਮਿਹਨਤ ਕੀਤੀ ਹੈ ਨਾ, ਤਾਂ ਹੁਣ ਸਾਨੂੰ ਲੱਗਦਾ ਕਿ ਸਾਡੀ ਟੀਮ ਬਹੁਤ ਸਟਰੋਂਗ ਹੈ, ਅਤੇ ਹੁਣ ਸਾਨੂੰ ਇੰਨਾ ਕੁ ਕੌਨਫੀਡੈਂਸ ਹੈਗਾ ਕਿ ਅਸੀਂ ਅੱਗੇ ਜੋ ਵੀ ਕਰਾਂਗੇ ਅਸੀਂ ਗਾ ਪਾ ਲਾਂਗੇ। ਐਂਡ ਬਈ ਮੈਨੂੰ ਨਾ ਚੰਗੀ ਗੱਲ ਇਹ ਵੀ ਲੱਗੀ ਕਿ ਜਦੋਂ ਦੀ ਇਹ ਫਿਲਮ ਦਾ ਕੁਛ ਵੀ ਸੀਨ ਜਾਂ ਕੁਛ ਵੀ ਗਾਣਾ ਕੁਛ ਵੀ ਡਾਇਲੋਗ ਆਉਣਾ ਸ਼ੁਰੂ ਹੋਇਆ ਨਾ, ਇੰਡਸਟਰੀ ਨੇ ਬੜੇ ਸਾਰੇ ਲੋਕ, ਸੋਨਮ ਬਾਜਵਾ ਹੋਰੀ ਹੋ ਗਏ ਹੈ ਨਾ, ਜਾਂ ਹੋਰ ਵੀ ਕਿੰਨੇ ਆਰਟਿਸਟ ਹੋ ਗਏ ਜਿਹੜੇ ਮੈਂ ਬਰੀਕੀਆਂ ਚੈੱਕ ਕੀਤੀਆਂ ਨੇ, ਭਾਵੇਂ ਕਮੈਂਟ ਦੇ ਥਰੂ ਮੈਂ ਚੈੱਕ ਕਰਾਂ, ਕਮੈਂਟ ਦੇ ਥਰੂ ਚੈੱਕ ਕਰਾਂ ਜਾਂ ਕਿਸੇ ਵੀ ਥਰੂ ਚੈੱਕ ਕਰਾਂ, ਮੈਨੂੰ ਇੱਦਾਂ ਲੱਗਿਆ ਕਿ ਯਾਰ ਇਕੱਲੇ ਇਕੱਲੇ ਇਨਸਾਨ ਨੂੰ ਨਾ, ਕਲਾਕਾਰ ਨੂੰ ਇਸ ਚੀਜ਼ ਦੀ ਖੁਸ਼ੀ ਆ ਵੀ ਜਗਜੀਤ ਨੇ ਕੰਮ ਸੋਹਣਾ ਕੀਤਾ ਆ, ਦਿਖਾਇਆ ਆ, ਕੰਮ ਸੋਹਣਾ ਦਿਖਾਇਆ ਆ, ਫਰੰਟ ਫੁੱਟ 'ਤੇ ਆ ਕੇ ਉਹਨੇ ਐਕਟਿੰਗ ਵਧੀਆ ਕੀਤੀ ਆ, ਉਹਨੇ ਪੇਂਡੂ ਕਲਚਰ ਨੂੰ, ਨਸ਼ੇੜੀਆਂ ਨੂੰ, ਅਮਲੀਆਂ ਨੂੰ ਸਪੈਸ਼ਲੀ, ਸਭ ਤੋਂ ਵੱਡੀ ਗੱਲ ਇਹ ਕਿ ਅਮਲੀ ਕਲਚਰ ਪੂਰਾ ਇੱਕ ਤਰੀਕੇ ਆਪਣੇ ਅੰਦਰ ਪਾ ਕੇ ਫਿਰ ਉਹਨੇ ਦਿਖਾਇਆ ਆ, ਤਾਂ ਕਿ ਜਿਹੜਾ ਕਿ ਜਦੋਂ ਕੋਈ ਵੀਡੀਓ ਡਾਇਲੋਗ ਪ੍ਰੋਮੋ ਆਉਂਦਾ ਨਾ, ਇੱਦਾਂ ਲੱਗਦਾ ਕਿ ਵੀ ਜਿਵੇਂ ਯਾਰ ਇਹ ਸੱਚ ਆ, ਇਹ ਸੱਚਾਈ ਕਬੂਲ ਕਰਨੀ, ਸੱਚਾਈ ਬੋਲਣੀ, ਸੱਚਾਈ ਨਾਲ ਐਪਰੀਸ਼ੀਏਟ ਕਰਨਾ ਬਹੁਤ ਔਖਾ ਆ, ਇਹ ਆਪਣੇ ਤਰੀਕੇ ਦੇ ਨਾਲ ਐਪਰੀਸੀਏਸ਼ਨ ਕੋਈ ਇੱਦਾਂ ਦੀ ਯੂ ਨੋ ਤੁਹਾਨੂੰ ਲੱਗੀ ਹੈ ਕਿ ਫੀਲ ਹੋਈ ਹੈ ਕਿ ਹਾਂ ਯਾਰ ਇਹ ਫਿਲਮ ਦੇ ਦੌਰਾਨ ਮੈਨੂੰ ਬੜਾ ਚੇਂਜ ਆਇਆ ਕੁਛ ਨਹੀਂ, ਵਧੀਆ ਮੈਨੂੰ, ਮੇਰੇ ਤੱਕ ਵੀ ਪਹੁੰਚ ਜਾਂਦਾ ਨਾ, ਮੈਸੇਜ ਵੀ ਕਰ ਦਿੰਦੇ ਆ ਸਾਰੇ, ਹੈ ਨਾ, ਇੱਕ ਇੱਕ ਕਮੈਂਟ ਅੱਜ ਦੀ ਡੇਟ 'ਚ ਚਲੋ ਜਿਹੜਾ ਜੈਸਚਰ ਆ ਕਮੈਂਟ ਜਾਂ ਸ਼ੇਅਰਿੰਗ ਦੇ ਥਰੂ ਹੀ ਮਿਲਦਾ, ਹੈ ਨਾ, ਪਹਿਲਾਂ ਹੁੰਦਾ ਸੀ ਮਿਲ ਕੇ ਫੋਨ ਕਰਕੇ ਵਧਾਈ ਦੇਣੀ, ਹੈ ਨਾ, ਕਿ ਭਾਅ ਜੀ ਤੁਹਾਡੀ ਕੰਮ ਬਹੁਤ ਵਧੀਆ ਲੱਗਿਆ, ਪਰ ਉਹ ਪਤਾ ਲੱਗ ਜਾਂਦਾ, ਅਤੇ ਮੈਨੂੰ ਖੁਸ਼ੀ ਹੈ ਕਿ ਸਾਰਾ ਬਹੁਤ ਵਧੀਆ ਸਾਥ ਦੇ ਰਹੇ। ਮੈਂ ਮੇਰੀ ਆਦਤ ਆ ਸ਼ੁਰੂ ਤੋਂ ਯਾਰ, ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਭਾਅ ਜੀ ਆਹ ਸ਼ੇਅਰ ਕਰ ਦਿਉ ਜਾਂ ਯਾਰ ਐਂ ਕਰ ਲਓ, ਮੈਨੂੰ ਇਹ ਲੱਗਦਾ ਕਿ ਯਾਰ ਕੰਮ ਐਡਾ ਵਧੀਆ ਕਰ ਲਓ ਕਿ ਅਗਲੇ ਨੂੰ ਲੱਗੇ, ਹੈ ਨਾ। ਮੈਂ ਵੀ ਜੇ ਕੋਈ ਚੰਗੀ ਫਿਲਮ ਲੱਗਦੀ ਹੈ ਮੈਂ ਸ਼ੇਅਰ ਕਰ ਦਿੰਦਾ ਸੀਗਾ, ਹੈ ਨਾ, ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਹੈ ਨਾ, ਮੇਰੇ ਦਿਲ ਨੂੰ ਲੱਗ ਗਈ ਫਿਲਮ ਮੈਂ ਕੋਈ ਆਪੇ ਹੀ ਸ਼ੇਅਰ ਕਰ ਦਿੰਦਾ ਸੀ, ਅਤੇ ਮੈਨੂੰ ਖੁਸ਼ੀ ਹੈ ਕਿ ਹਜੇ ਤਾਂ ਸਾਡਾ ਟ੍ਰੇਲਰ ਵੀ ਨਹੀਂ ਸੀ ਆਇਆ, ਹਜੇ ਤਾਂ ਅਸੀਂ ਚੌਡਕਾਸਟ ਹੀ ਕਰ ਰਹੇ ਸੀਗੇ, ਕਿ ਉਹੀ ਬੜਾ ਪਿਆਰ ਦਿੱਤਾ ਇੰਡਸਟਰੀ ਨੇ, ਹੈ ਨਾ, ਸਾਰਿਆਂ ਨੇ, ਸੋਨਮ ਬਾਜਵਾ, ਐਮੀ ਵਿਰਕ ਭਾਅ ਜੀ ਹੋ ਗਏ, ਜਿੰਨੇ ਵੀ ਹੈਗੇ ਹੈ ਨਾ, ਹਾਲਾਂਕਿ ਸੋਨਮ ਨਾਲ ਮੈਂ ਕਦੇ ਕੰਮ ਨਹੀਂ ਕਰਿਆ, ਹੈ ਨਾ, ਅਤੇ ਉਹਨਾਂ ਨੂੰ ਮੈਨੂੰ ਵਧੀਆ ਲੱਗਿਆ ਯਾਰ ਉਹ ਇਸ ਚੀਜ਼ ਨੂੰ ਸਪੋਰਟ ਕਰ ਰਹੇ, ਹੈ ਨਾ, ਕੱਲ੍ਹ ਆਪਣਾ ਗਾਣਾ ਆਇਆ ਬਰਬਰੀ, ਲੋਕ ਉਸ ਗਾਣੇ ਨੂੰ ਪਸੰਦ ਕਰ ਰਹੇ, ਅਤੇ ਮੈਨੂੰ ਵਧੀਆ ਲੱਗਦਾ ਕੁਝ ਇਹ ਦੇਖ ਕੇ ਕਮੈਂਟ ਕਰੇ ਯਾਰ ਅਸੀਂ 80 ਦੇ ਦੌਰ 'ਤੇ ਚਲੇ ਗਏ, ਹੈ ਨਾ, ਸੋ ਉਹ ਵੀ ਗਾਣਾ ਇੱਕ ਆਪਣੇ ਆਪ 'ਚ ਉੱਦਾਂ ਦਾ, ਹੈ ਨਾ, ਸੋ ਹਰ ਚੀਜ਼ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਕੰਟੈਂਟ ਥਰੂ ਕੁਛ ਨਵੀਂ ਇਨਫੋਰਮੇਸ਼ਨ ਦਈਏ ਕਿ ਸਾਡੀ ਫਿਲਮ ਕੀ ਹੈ, ਇੰਡਸਟਰੀ ਨੇ ਬਹੁਤ ਸਾਥ ਦਿੱਤਾ ਯਾਰ। ਐਂਡ ਜਿਵੇਂ ਜਿਵੇਂ ਥੋੜ੍ਹੀ ਥੋੜ੍ਹੀ ਚੀਜ਼ਾਂ ਆਉਂਦੀਆਂ ਗਈਆਂ ਨਾ ਬਾਈ, ਬੇਸ਼ੱਕ ਇਹਨੂੰ ਪ੍ਰਮੋਸ਼ਨ ਟ੍ਰਿਕ ਮੈਂ ਕਹਿ ਲਵਾਂ ਜਾਂ ਕੁਛ ਵੀ ਕਹਿ ਲਵਾਂ, ਕਿ ਬੈਂਡ ਬਾਜਾ ਦੀ ਵਰਦੀ ਪਾ ਕੇ ਜਗਜੀਤ ਬਾਈ ਨੇ ਕਹਿਣਾ ਕਿ ਇਸ ਤਰੀਕੇ ਦੇ ਨਾਲ ਵਿਆਹ 'ਚ ਮੈਂ ਐਂਟਰ ਹੋਇਆ, ਜਾਂ ਹੋਰ ਵੀ ਕਿਤੇ ਵੀ ਚੌਡਕਾਸਟ ਲਾ ਲਓ ਭਾਵੇਂ, ਜੱਗੀ ਬਾਈ ਇਹ ਇਹ ਤਰੀਕੇ ਕਿਵੇਂ ਦਿਮਾਗ 'ਚ ਆਉਂਦੇ ਨੇ ਕਿ ਬਈ ਅਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰਨਾ ਆ, ਕੀ ਲੱਗਦਾ ਹੈ ਕਿ ਲੋਕ ਇਸ ਚੀਜ਼ ਨੂੰ ਮਤਲਬ ਕਿ ਕਿਸ ਤਰੀਕੇ ਦੇ ਨਾਲ ਦਿਲ 'ਚ ਵਸਾਉਣ, ਅਤੇ ਕਿਸ ਤਰੀਕੇ ਦੇ ਨਾਲ ਮਤਲਬ ਕਿ ਆਪਣੇ ਆਪ 'ਚ ਕਿਵੇਂ ਚੀਜ਼ਾਂ ਬਣਦੀਆਂ ਨੇ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੈਸਟ ਪ੍ਰਮੋਸ਼ਨਲ ਟ੍ਰਿਕ ਅੱਜ ਦੇ ਟਾਈਮ 'ਚ ਇਹ ਚੀਜ਼ਾਂ ਨੇ, ਜਦੋਂ ਤੁਸੀਂ ਆਪ ਗਰਾਊਂਡ ਲੈਵਲ 'ਤੇ ਮਾਇੰਡ ਸੈੱਟ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰਨ ਦੀ ਤਰੀਕਾ ਸੋਚਦੇ ਨੇ। ਦੇਖੋ ਬੰਦਾ ਹੱਥ ਪੱਲਾ ਕੌਣ ਮਾਰਦਾ ਜਿਹਦੇ ਕੋਲ ਕੁਛ ਨਾ ਹੋਵੇ, ਹੈ ਨਾ, ਜੇ ਮੇਰੇ ਕੋਲ ਇੰਨਾ ਬਜਟ ਹੁੰਦਾ, ਹੈ ਨਾ, ਸ਼ਾਇਦ ਮੈਂ ਵੀ ਇੱਦਾਂ ਨਾ ਸੋਚਦਾ, ਹੈ ਨਾ, ਸਾਨੂੰ ਸਾਡੀ ਜਿਹੜੀ ਪਾਵਰ ਸੀਗੀ ਕਿ ਸਾਡੇ ਕੋਲ ਬਜਟ ਲਈ ਪੈਸੇ ਘੱਟ ਸੀਗੇ, ਕਿ ਸਹੀ ਹੈਗਾ ਵੀ ਛੋਟੇ
ਘੱਟ ਬਜਟ 'ਚ ਮਾਰ ਜ਼ਿਆਦਾ ਕੀ ਕਰ ਸਕਦਾ, ਉਹ ਕਲਾ ਹੀ ਕਰ ਸਕਦੀ ਹੈ। ਸੋ ਸਾਡੇ ਕੋਲ ਇੰਨੇ ਬਜਟ ਨਹੀਂ ਹੈ, ਅਸੀਂ ਅਲੱਗ ਅਲੱਗ ਕੰਟਰੀਆਂ ਜਾ ਕੇ ਪ੍ਰੋਮੋ ਉਹ ਕਰੀਏ, ਪ੍ਰੀਮੀਅਰ ਕਰੀਏ, ਹੈ ਨਾ, ਇੰਟਰਵਿਊਜ਼ ਕਰੀਏ, ਹੈ ਨਾ। ਤਾਂ ਮੈਨੂੰ ਲੱਗਦਾ ਸੀ ਕੁਛ ਇੱਦਾਂ ਦਾ ਯਾਰ ਸੋਚੋ ਕਿ ਜਿਹੜਾ ਲੋਕਾਂ ਤੱਕ ਗੱਲ ਪਹੁੰਚੇ। ਸੋ ਉਹ ਪਹੁੰਚ ਗਈ, ਚਾਹੇ ਚੌੜਕਾਸਟ ਹੋਵੇ, ਚਾਹੇ ਉਹ ਤੁਸੀਂ ਉਹ ਸੀਨ ਦੀ ਗੱਲ ਕੀਤੀ, ਹੈ ਨਾ। ਤਾਂ ਬੇਸਿਕਲੀ ਆਈਡੀਏ ਅੱਜ ਵੀ ਆਉਂਦੇ ਆ ਦਿਮਾਗ 'ਚ, ਅਤੇ ਮੈਂ ਤਾਂ ਚਾਹੁੰਦਾ ਹਰ ਇੱਕ ਬੰਦੇ ਦੇ, ਹਰ ਇੱਕ ਪ੍ਰੋਡਿਊਸਰ ਦੇ ਨਾਲ ਇੱਦਾਂ ਦੇ ਆਈਡੀਏ ਹੋਣ ਕਿ ਤੁਹਾਡਾ ਇੱਕ ਤਾਂ ਬਜਟ ਬਚ ਜਾਂਦਾ, ਹੈ ਨਾ, ਅਤੇ ਦੂਜਾ ਤੁਹਾਨੂੰ ਉਹ ਜਿਹੜਾ ਪੈਟਰਨ ਚੱਲ ਰਿਹਾ ਨਾ ਪ੍ਰਮੋਸ਼ਨਸ ਦਾ, ਮੈਨੂੰ ਥੋੜ੍ਹਾ ਜਿਹਾ ਲੱਗਦਾ ਹੁੰਦਾ ਯਾਰ ਇਹ ਚੇਂਜ ਹੋਣਾ ਚਾਹੀਦਾ, ਸੇਮ ਸੇਮ ਹੋਣ ਲੱਗ ਗਈਆਂ ਹੁਣ ਚੀਜ਼ਾਂ, ਹੈ ਨਾ। ਕਿ ਹੁਣ ਨਾ ਕਈ ਵਾਰ ਇੱਦਾਂ ਕਰਦੇ ਨੇ ਕਿ ਫਿਲਮਾਂ ਦੇ ਕਾਹਦੇ ਪ੍ਰਮੋਸ਼ਨ ਦੇ ਜ਼ਿਆਦਾ ਪੈਸੇ ਲਾਉਂਦੇ ਨੇ, ਹਾਂਜੀ ਹਾਂਜੀ, ਅਤੇ ਫਿਰ ਉਹ ਫਿਲਮਾਂ ਚੱਲਦੀਆਂ ਨੇ। ਮੈਂ ਕਹਿੰਦਾ ਬਜਟ ਹੋਣਾ ਚਾਹੀਦਾ ਪ੍ਰਮੋਸ਼ਨ ਨੂੰ, ਮੈਂ ਨਹੀਂ ਕਹਿੰਦਾ ਨਾ ਹੋਵੇ, ਪਰ ਉਹ ਜਿਹੜਾ ਪੈਟਰਨ ਹੈ ਨਾ, ਪ੍ਰੈਸ ਕਾਨਫਰੰਸ ਹੋ ਗਈ ਜਾਂ ਈਵੈਂਟ, ਹੈ ਨਾ, ਮੈਨੂੰ ਲੱਗਦਾ ਉਹ ਹੁਣ ਅੱਜ ਆਪਾਂ ਪਿੰਡ 'ਚ ਆਏ ਹਾਂ, ਤਾਂ ਮੈਨੂੰ ਲੱਗਦਾ ਯਾਰ ਉਸ ਪਿੰਡ 'ਚ ਚੱਲੀਏ, ਨਾਲੇ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਇੱਥੇ ਸ਼ੂਟ ਕਰਕੇ ਗਏ ਹਾਂ ਵੀ ਕਲਚਰ ਕੀ ਹੈ। ਨਹੀਂ ਤਾਂ ਮੈਂ ਤਾਂ ਇੰਡਸਟਰੀ ਨੂੰ ਗਾਲਾਂ ਕਹਿੰਦੀ ਦੇਖੇ ਨੇ ਪਿੰਡ ਵਾਲੇ ਵੀ ਉਹ ਪਿੰਡ ਵਾਲੇ ਉਹ ਸ਼ੂਟਿੰਗ ਵਾਲੇ ਨਹੀਂ ਬਣਦੇ ਨੇ, ਇਹ ਧਾਰਨਾ ਆਪਾਂ ਹੀ ਬਣਾਉਣੀ ਹੈ ਨਾ। ਤਾਂ ਮੈਨੂੰ ਲੱਗਦਾ ਅਸੀਂ ਤਾਂ ਚੇਂਜ ਕਰ ਲਈਏ, ਅਤੇ ਹੁਣ ਮੈਂ ਆਪਣੇ ਟੈਲੈਂਟ ਨਾਲ ਜੇ 50 ਲੱਖ ਦੀ ਪ੍ਰਮੋਸ਼ਨ ਬਚਾ ਸਕਦਾ ਤਾਂ ਮੇਰੇ ਤੋਂ ਸਿਆਣਾ ਪ੍ਰੋਡਿਊਸਰ ਕੌਣ ਹੋਊਗਾ, ਹੈ ਨਾ। ਸੋ ਮੈਨੂੰ ਲੱਗਦਾ ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਇੰਨਾ ਜ਼ੋਰ ਹੀ ਨਾ ਮਾਰਦਾ, ਮੈਂ ਵੀ ਵਿਸ ਲਾ ਕੇ ਘਰੇ ਬੈਠਾ ਰਹਿੰਦਾ। ਤਾਂ ਮੈਨੂੰ ਲੱਗਦਾ ਕਿ ਜਿਹੜੀ ਉਹ ਤਾਂਘ ਹੈ ਕੰਮ ਕਰਨ ਦੀ, ਅੱਗ ਵੀ ਤਾਂ ਹੀ ਲੱਗਦੀ ਹੈ ਜੇ ਤੁਹਾਡੇ ਕੋਲ ਸਾਧਨ ਘੱਟ ਹੋਣ। ਜਦੋਂ ਅਮਲੀ ਦਾ ਰੋਲ ਕੀਤਾ ਜਾਂ ਜਦੋਂ ਇੱਕ ਉਸ ਪਾਗਲ ਕਰੈਕਟਰ ਵਾਲਾ ਰੋਲ ਕੀਤਾ ਜਿਹੜਾ ਐਕਚੁਅਲ 'ਚ ਭੋਲਾ ਹੈਗਾ ਆ, ਪਿੰਡ ਦੇ ਕਿਸੇ ਬੰਦੇ ਦੀ ਲੋੜ ਪਈ ਸੀ ਕਿ ਜਦੋਂ ਦਿਖਾਉਣਾ ਪਿਆ ਕਿ ਬਾਈ ਦੱਸ ਮੈਨੂੰ ਜਰਦਾ ਕਿਵੇਂ ਲਾਉਣਾ ਆ ਜਾਂ ਇਹ ਚੀਜ਼ਾਂ ਕਿਵੇਂ ਕਰੇ, ਕਿਉਂਕਿ ਅਮਲੀ ਦਾ ਕਿਰਦਾਰ ਨਿਭਾਉਣ ਵਾਸਤੇ ਅਮਲੀ ਦਾ ਹੋਣਾ ਬਹੁਤ ਜ਼ਰੂਰੀ ਆ, ਜੇ ਉਹ ਨਹੀਂ ਹੋਊਗਾ ਕਿਤੇ ਨਾ ਕਿਤੇ ਕਮੀ ਰਹੂਗੀ। ਆਸੇ ਪਾਸੇ ਨਿਗਾਹ ਮਾਰ ਲਈ ਨਾ, ਮੈਂ ਛੋਟੀ ਛੋਟੀ ਚੀਜ਼ 'ਤੇ ਬਾਈ ਧਿਆਨ ਬਹੁਤ ਦਿੰਦਾ ਨਾ, ਬਾਡੀ ਲੈਂਗੁਏਜ ਹੋ ਗਈ, ਹੁਣ ਬਾਈ ਵੱਲ ਜੇ ਕੈਮਰਾ ਮਾਰੋ ਨਾ ਦੇਖੋ ਕਿੱਡਾ ਸੋਹਣਾ ਬੈਠਾ ਆਇਆ, ਹੈ ਨਾ, ਬਾਈ ਦੀ ਤੁਸੀਂ ਬਾਡੀ ਲੈਂਗੁਏਜ ਦੇਖੋ ਕਿ ਕਿੱਡਾ ਸੋਹਣਾ ਬੈਠਾ ਹੋਇਆ। ਤਾਂ ਇਹਦੇ ਲਈ ਉਹ ਕਰਨ ਦੀ ਲੋੜ ਤਾਂ ਨਹੀਂ ਹੈ ਨਾ। ਮੈਂ ਨਾ ਹੁਣੇ ਜਦੋਂ ਗੱਲ ਜੇ ਪਹਿਲਾਂ ਕਹਿ ਕੇ ਹਟਿਆ ਸੀਗਾ, ਮੈਂ ਕਹਿੰਦਾ ਜਦੋਂ ਅਸੀਂ ਆਏ ਨਾ ਤਾਂ ਬਾਈ ਨਾ ਜਰਦਾ ਲਾ ਰਿਹਾ ਸੀ, ਤਾਂ ਬਾਈ ਨੇ ਨਾ ਪੂੜੀ ਲਾਉਂਦੇ ਲਾਉਂਦੇ ਕਿਹਾ, ਕਹਿੰਦਾ ਵੀ ਕੌਣ ਆ ਰਿਹਾ, ਕਹਿੰਦੇ ਜਗਜੀਤ ਆ ਰਿਹਾ, ਕਹਿੰਦਾ ਕੌਣ, ਕਹਿੰਦਾ ਭੋਲਾ, ਉਹ ਭੋਲਾ ਆ ਰਿਹਾ ਬਾਈ। ਇਹ ਕਿਵੇਂ ਮਤਲਬ ਕਿ ਇਹ ਬਾਈ ਦੀ ਹੈਲਪ ਲਈ ਸੀਗੀ, ਕਿਤੇ ਦੇਖਿਆ ਸੀਗਾ ਇਹਨੂੰ ਬਾਈ ਨੂੰ, ਇਹ ਕਿਵੇਂ ਬਈ? ਮੈਂ ਫਿਲਮਾਂ ਦੇਖਿਆ ਤਾ, ਗਾਂਧੀ ਫਿਲਮ, ਗਾਂਧੀ ਫਿਲਮ ਕੀ ਦੇਖਿਆ ਗਾਂਧੀ ਫਿਲਮ 'ਚ, ਕੀ ਬਾਈ ਦਾ ਕਰੈਕਟਰ ਕਿਵੇਂ ਦੇਖ, ਕਿਹੜੀ ਚੀਜ਼ ਵਧੀਆ ਲੱਗੀ? ਪਟੇ ਵੱਜੇ ਬਾਈ, ਗਾਂਧੀ ਫਿਲਮ ਕਹਿੰਦਾ ਬਾਈ ਦੇ ਪਟੇ ਵੱਜੇ, ਇਹ 'ਚ ਨਹੀਂ ਵੱਜੇ, ਇਹ 'ਚ ਬਚ ਗਏ ਆਪਾਂ। ਵਾਹ ਯਾਰ ਵਾਹ, ਹੁਣ ਜਦੋਂ ਤੁਸੀਂ ਗੱਲ ਕਰੋਗੇ, ਹੈ ਨਾ, ਤੁਸੀਂ ਦੇਖੋਗੇ, ਹੈ ਨਾ, ਤਾਂ ਮੈਨੂੰ ਲੱਗਦਾ ਓਬਜ਼ਰਵੇਸ਼ਨ ਇੱਕ ਐਕਟਰ ਦਾ ਕੰਮ ਹੈ ਨਾ, ਗੱਲ ਕਰਨ ਦਾ ਤਰੀਕਾ ਕਿਵੇਂ ਕਰਦੇ ਆ, ਬਹਿਣਾ ਕਿਵੇਂ ਆ, ਹੈ ਨਾ। ਜੇ ਹੁਣ ਭੋਲਾ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਫਿਰੂਗਾ ਤਾਂ ਕਰੈਕਟਰ 'ਚ ਨਹੀਂ ਆਊਗਾ। ਸੋ ਕਿਵੇਂ ਲਾਉਂਦੇ ਨੇ, ਹੈ ਨਾ, ਹਰੇਕ ਦਾ ਸਟਾਈਲ ਹੈ ਵੀ ਉਹ ਕਿਵੇਂ ਬਣਾ ਕੇ ਲਾਉਂਦੇ ਆ, ਕਿਹੜੀ ਕੁੜੀ 'ਚ ਰੱਖਦੇ ਆ, ਇੱਥੋਂ ਤੱਕ ਸਾਰਾ ਮੈਨੂੰ ਲੱਗਦਾ ਕੰਮ ਕਰਿਆ ਸੀਗਾ। ਬਾਈ ਜਿਹੜੀ ਚੀਜ਼ ਨਾ ਮੈਨੂੰ ਵਿਆਹ ਤੋਂ ਬਾਅਦ ਤੁਹਾਡੇ ਫੀਲ ਹੋਈ ਆ, ਮੈਨੂੰ ਇੱਦਾਂ ਲੱਗਿਆ ਕਿ ਭਾਬੀ ਦੇ ਆਉਣ ਨਾਲ ਕੁਛ ਬਦਲਿਆ ਆ, ਜਾਂ ਜਿਹੜੀਆਂ ਅੱਜ ਚੀਜ਼ਾਂ ਕਰ ਰਹੇ ਹੋ ਭਾਬੀ ਅਤੇ ਘਰ ਦੇ ਕਿੰਨਾ, ਕਿਉਂਕਿ ਨਾ ਜਦੋਂ ਮੈਂ ਬਾਈ ਨੂੰ ਪੁੱਛਿਆ ਸੀ, ਕਹਿੰਦਾ ਬਾਈ ਨਾਲ ਮੇਰੇ ਫੋਨ 'ਤੇ ਗੱਲ ਹੋਈ ਤੁਹਾਡੇ ਨਾਲ, ਬਾਈ ਕਹਿੰਦਾ ਕਿ ਹਾਲੇ ਤਾਂ ਮੈਂ ਕੋਠੀ ਪਾ ਰਿਹਾ, ਕੋਠੀ ਪੈ ਚੁੱਕੀ ਸੀਗੀ, ਪੈ ਰਹੀ ਸੀਗੀ, ਪਤਾ ਨਹੀਂ ਸ਼ਾਇਦ ਪੈ ਰਹੀ ਸੀਗੀ। ਅਤੇ ਉੱਥੋਂ ਉਸ ਟਾਈਮ ਦੀ ਵਿਆਹ ਦੀ ਗੱਲ ਨਹੀਂ ਕੀਤੀ ਸੀ ਵੀ ਹਾਂ ਵੀ ਇੱਦਾਂ ਦਾ ਆਪਣਾ ਵਿਆਹ ਹੈ ਨਾ ਹੋਣ ਆਉਣ ਵਾਲੇ ਟਾਈਮ 'ਚ, ਅਤੇ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਆਪਣੀ ਮੁਲਾਕਾਤ ਨਹੀਂ ਹੋ ਪਾਈ, ਅਤੇ ਹੁਣ ਜਦੋਂ ਇੰਨੀ ਵੱਡੀ ਫਿਲਮ ਇਸ ਲੈਵਲ ਦੀ ਵੱਡੀ, ਇਨ ਦਾ ਸੈਂਸ ਕਿ ਬੇਸ਼ੱਕ ਉਸ ਤਰੀਕੇ ਨਾਲ ਵੱਡੀ ਨਾ ਹੋਵੇ ਪਰ ਇਹਨੂੰ ਕਲਾਕਾਰੀ ਵਰਗੀ ਫਿਲਮ ਕਵਾਂਗੇ, ਹੈ ਨਾ। ਅਤੇ ਜਦੋਂ ਪਰਿਵਾਰ ਇੱਦਾਂ ਦੀ ਚੀਜ਼ਾਂ ਦੇਖਦਾ ਹੈ ਕਿ ਹਾਂ ਬਈ, ਹੈ ਨਾ, ਭਾਬੀ ਕਹਿੰਦੀ ਹੋਈ ਕਿ ਹਾਂ ਵੀ ਮੇਰਾ ਘਰ ਵਾਲਾ ਮਿਹਨਤੀ ਆਇਆ ਇਸ ਤਰੀਕੇ ਦਾ ਕੰਮ ਕਰ ਰਿਹਾ, ਜਿਹੜਾ ਕਿ ਵਾਕਈ ਪੰਜਾਬੀ ਸਿਨੇਮਾ 'ਚ ਬੜਾ ਘੱਟ ਯੂਜ਼ ਕੀਤਾ ਗਿਆ, ਵੀ ਸੋਲੋ ਪਰਫੋਰਮੈਂਸ ਦਾ ਹੋਣਾ ਬੜਾ
ਘੱਟ ਦੇਖਿਆ ਗਿਆ ਆ ਤਾਂ ਮਾਂ ਪਿਓ ਵੀ ਕਈ ਵਾਰ ਹੈ ਨਾ ਵੀ ਇਹ ਚੀਜ਼ਾਂ ਸੋਚਦੇ ਨੇ, ਕਈ ਵਾਰ ਕਹਿੰਦੇ ਨਹੀਂ। ਤੁਸੀਂ ਆਪ ਰੀਅਲਾਈਜ਼ ਕੀਤਾ ਕਿ ਆਪਣੀ ਪਰਿਵਾਰ ਦੀ ਅੱਖਾਂ 'ਚ ਉਹ ਖੁਸ਼ੀ ਆ, ਉਹ ਚੀਜ਼ ਜਿਹੜੀ ਕਿ ਕਿਉਂਕਿ ਉਹ ਤੁਸੀਂ ਫੀਲ ਕਰ ਸਕਦੇ ਹੋ? ਯਾਰ ਦੇਖ, ਸਭ ਤੋਂ ਵੱਡੀ ਸਪੋਰਟ ਹੈ ਚਾਹੇ ਦੁਨੀਆਂ 'ਤੇ ਬੰਦਾ ਕਿਤੇ ਵੀ ਹੋਵੇ, ਉਹ ਪਰਿਵਾਰ ਹੈ। ਸਾਰੀ ਦੁਨੀਆਂ ਚਾਹੇ ਇੱਧਰ ਹੋ ਜਾਵੇ, ਪਰਿਵਾਰ ਨੇ ਤੁਹਾਡੇ ਨਾਲ ਰਹਿਣਾ ਹੈ ਨਾ। ਸੋ ਮੇਰੇ ਲਈ ਤਾਂ ਬਹੁਤ ਅਹਿਮੀਅਤ ਰੱਖਦਾ ਹੈ। ਵਿਆਹ ਤੋਂ ਬਾਅਦ ਬਹੁਤ ਚੀਜ਼ਾਂ ਚੇਂਜ ਆਈਆਂ ਨਾ, ਉਹਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਨਾ। ਉਹ ਅੱਜ ਵੀ ਕਹਿੰਦੀ ਹੈ ਕਿ ਤੂੰ ਤੇਰੇ 'ਚ ਜਿੰਨੀ ਪੋਟੈਂਸ਼ੀਅਲ ਹੈ ਨਾ, ਤੂੰ ਉਹਦੇ ਤੋਂ ਵੱਧ ਦਾ ਕੰਮ ਕਰ ਸਕਦਾ, ਹਜੇ ਤੇਰਾ ਉਹ ਆਇਆ ਨਹੀਂ। ਸੋ ਮੈਨੂੰ ਇਸ ਚੀਜ਼ ਨਾਲ ਮੋਟੀਵੇਸ਼ਨ ਮਿਲਦੀ ਹੈ ਕਿ ਕੁਛ ਵੀ ਕਰਾਂ ਹੈ ਨਾ, ਤੂੰ ਮੈਨੂੰ ਬਹੁਤ ਸਪੋਰਟ ਕਰਦੀ ਹੈ ਕਿ ਤੂੰ ਕਰ ਸਕਦਾ ਹੋਰ ਹੈ ਨਾ। ਹੁਣ ਹੈ ਤਾਂ ਰਿਸਕ ਹੈ ਨਾ, ਤੁਸੀਂ ਐਜ਼ ਆ ਪ੍ਰੋਡਿਊਸਰ ਆਉਂਦੇ ਹੋ, ਚੀਜ਼ਾਂ ਬਹੁਤ ਬਦਲ ਜਾਂਦੀਆਂ ਨਾ, ਤੁਸੀਂ ਫਾਈਨੈਂਸ਼ੀਅਲੀ ਹਿੱਲ ਜਾਂਦੇ ਹੋ ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਕੰਪਰੋਮਾਈਜ਼ ਕਰਨੀਆਂ ਪੈਂਦੀਆਂ। ਜਾਂ ਤਾਂ ਆਪਸ਼ਨ ਹੈ ਕਿ ਤੁਸੀਂ ਹੁਣ ਸਾਡੇ ਇਹ ਚੱਲਦੀ ਸੀ, ਪਹਿਲਾਂ ਮੈਂ ਗੱਡੀ ਲੈਣੀ ਸੀ ਯਾਰ, ਹੈ ਨਾ, ਮੈਂ ਲੱਗਦਾ ਸੀ ਮੇਰੀ ਗੱਡੀ ਥੋੜ੍ਹੀ ਪੁਰਾਣੀ ਹੋ ਰਹੀ ਹੈ, ਗੱਡੀ ਲੈਣੀ ਸੀ, ਪਿੰਡ ਮੈਂ ਘਰ ਬਣਾ ਲਿਆ, ਤਾਂ ਮੈਨੂੰ ਲੱਗਿਆ ਕਿ ਆਪਣਾ ਜਿਹੜਾ ਇੰਡਸਟਰੀ ਵਾਲਾ ਘਰ ਹੈ ਬੰਬੇ ਜਾਂ ਚੰਡੀਗੜ੍ਹ, ਵੀ ਇੱਥੇ ਵੀ ਇੱਕ ਆਪਣਾ ਘਰ ਲਈਏ ਨਾ, ਆਪਾਂ ਹਜੇ ਵੀ ਰੈਂਟ 'ਤੇ ਰਹਿ ਰਹੇ ਹਾਂ। ਇਹ ਚੀਜ਼ਾਂ ਪਰਿਵਾਰ 'ਚ ਆਮ ਗੱਲਾਂ ਨੇ, ਹੈ ਨਾ। ਅਤੇ ਮੈਂ ਹੁਣ ਫਿਲਮ ਕਰ ਲਈ, ਉਹ ਮੈਂ ਗੱਡੀਆਂ ਗੁੱਡੀਆਂ ਦਾ ਛੱਡੋ ਪਰਾਂ, ਆਪਾਂ ਫਿਲਮ। ਹੁਣ ਉਹਨਾਂ ਲਈ ਇਹ ਵੀ ਹੈ ਕਿ ਯਾਰ ਤੂੰ ਚੰਗਾ ਭਲਾ ਉਹ ਛੱਡ ਕੇ, ਹੈ ਨਾ, ਤੂੰ ਹੁਣ ਫਿਲਮ 'ਤੇ ਉਹ ਕਰ ਰਿਹਾ, ਪਰ ਉਹਨਾਂ ਨੂੰ ਇਹ ਭਰੋਸਾ ਵੀ ਇਹਨੇ ਕੁਛ ਨਾ ਕੁਛ ਕਰ ਲੈਣਾ। ਸੋ ਉਹ ਵੀ ਇੱਕ ਸਪੋਰਟ ਬਹੁਤ ਜ਼ਰੂਰੀ ਹੈ ਨਾ। ਸੋ ਮੈਨੂੰ ਲੱਗਦਾ ਬਹੁਤ ਸਪੋਰਟ ਕਰਦੀ ਆ ਮੈਨੂੰ, ਹੈ ਨਾ। ਸੋ ਉਹਦੇ ਨਾਲ ਇੱਕ ਇਹ ਵੀ ਹੈ ਕਿ ਜਦੋਂ ਤੁਹਾਡਾ ਘਰ ਜਾਣ ਨੂੰ ਜੀ ਕਰਦਾ ਨਾ, ਪਹਿਲਾਂ ਕੀ ਹੁੰਦਾ ਸੀਗਾ, ਵਿਆਹ ਤੋਂ ਬਾਅਦ ਕੋਈ ਪਰਵਾਹ ਨਹੀਂ ਸੀ ਯਾਰ, ਅੱਜ ਮੈਂ ਇੱਥੇ ਖੜ੍ਹਾਂ, ਇੱਧਰ ਨੂੰ ਲੰਘ ਗਿਆ, ਕਿੱਥੇ ਆ ਉਹ, ਇੱਧਰ ਆ ਜਾ, ਇੱਧਰ ਨੂੰ ਆ ਜਾ। ਹੁਣ ਘਰ ਜਾਣ ਨੂੰ ਜੀ ਕਰਦਾ, ਉਹਦੇ ਪਿੱਛੇ ਕੁਛ ਰੀਜ਼ਨਸ ਨੇ, ਹੈ ਨਾ। ਸੋ ਮੈਨੂੰ ਲੱਗਦਾ ਰੱਬ ਕਰੇ ਹਰੇਕ ਦਾ ਪਰਿਵਾਰ 'ਚ ਤੁਹਾਡੀ ਇੱਦਾਂ ਦੀ ਟਿਊਨਿੰਗ ਬਣੇ, ਤੁਹਾਨੂੰ ਹਮਸਬਰ ਵਧੀਆ ਮਿਲੇ ਜਿਹੜਾ ਤੁਹਾਨੂੰ ਸਪੋਰਟ ਕਰੇ, ਹੈ ਨਾ, ਕਿ ਤੁਸੀਂ ਕਿਤੇ ਵੀ ਜਾਵੋ ਉਸ ਚੀਜ਼ ਨੂੰ ਮਿਸ ਕਰੋ ਆਪਣੇ ਪਰਿਵਾਰ ਨੂੰ। ਤਾਂ ਮੈਨੂੰ ਲੱਗਦਾ ਇੱਦਾਂ ਦੀ ਬਿਊਟੀ ਜੇ ਤੁਹਾਡੀ ਲਾਈਫ 'ਚ ਹੈਗੀ ਹੈ ਨਾ, ਤਾਂ ਤੁਸੀਂ ਬਹੁਤ ਸੈਟੀਸਫੈਕਸ਼ਨ ਤੁਹਾਡੇ ਮਨ 'ਚ ਆ ਜਾਂਦੀ ਹੈ ਨਾ। ਮੈਂ ਤਾਂ ਚਾਹੁੰਦਾ ਕਿ ਹਰ ਬੰਦੇ ਦਾ ਪਰਿਵਾਰ ਇੱਦਾਂ ਹੀ ਹੋਵੇ, ਚਾਹੇ ਕੋਈ ਭੈਣ ਭਰਾ, ਚਾਹੇ ਕੋਈ ਮਾਂ ਬਾਪ ਹੈ, ਚਾਹੇ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਰਿਲੇਸ਼ਨ ਹੈ ਪਰਿਵਾਰ 'ਚ, ਹੈ ਨਾ, ਕਿ ਤੁਹਾਡਾ ਜੀ ਕਰੇ ਆਪਸ 'ਚ ਰਹਿਣ ਨੂੰ, ਗੱਲਾਂ ਕਰਨ ਨੂੰ। ਜਿਹਦੇ ਤੋਂ ਕੋਈ ਤੁਹਾਡੇ ਪਰਿਵਾਰ 'ਚੋਂ ਕੋਈ ਬਾਹਰ ਗਿਆ, ਤੁਸੀਂ ਉਸ ਚੀਜ਼ ਨੂੰ ਮਿਸ ਕਰੋ, ਤੁਸੀਂ ਉਹਦੀ ਅਹਿਮੀਅਤ ਨੂੰ ਪਹਿਚਾਣੋ, ਬਾਕੀ ਕੰਮ ਤਾਂ ਹੁੰਦੇ ਰਹਿਣੇ। ਗੋਲ ਕੀ ਆ ਬਾਈ, ਫੈਮਿਲੀ ਗੋਲ ਕੀ ਹੈ ਅਤੇ ਆਪਣਾ ਗੋਲ ਕੀ ਆ? ਫੈਮਿਲੀ ਗੋਲ ਤਾਂ ਹੁਣ ਕੀ ਕਹਿ ਸਕਦੇ ਹਾਂ ਬਾਈ, ਜੋ ਬਣਿਆ ਹੋਇਆ ਹੈ ਨਾ ਸਮੇਂ ਦੇ ਹਿਸਾਬ ਨਾਲ, ਕਿ ਪਰਿਵਾਰ ਹੋਵੇ ਵਧੀਆ। ਕੱਲ੍ਹ ਨੂੰ ਜੇ 70-80 ਸਾਲ ਦੇ ਹੁੰਦੇ ਹਾਂ ਅਤੇ ਉਹ ਚੀਜ਼ਾਂ ਉਮਰ ਦੇ ਹਿਸਾਬ 'ਤੇ ਪੜਾ ਨੇ, ਹੈ ਨਾ। ਹੁਣ ਅੱਜ ਕੋਈ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ, 20 ਸਾਲਾਂ ਬਾਅਦ ਤੁਸੀਂ ਕਿੱਥੇ ਹੋਵੋ ਪਤਾ ਨਹੀਂ, ਹੈ ਨਾ। ਮੈਂ ਤਾਂ ਚਾਹੁੰਦਾ ਮੈਂ ਐਕਟਰ ਹੀ ਰਹਾਂ ਮਰਦੇ ਦਮ ਤੱਕ। ਸੋ ਜ਼ਿੰਦਗੀ ਦੇ ਉਹ ਪੜਾ ਨੇ, ਬਚਪਨ, ਜਵਾਨੀ, ਬੁਢਾਪਾ, ਹੈ ਨਾ। ਮੈਂ ਕਹਿੰਦਾ ਬੁਢਾਪੇ 'ਤੇ ਜਾਈਏ ਤਾਂ ਸਭ ਤੋਂ ਵੱਧ ਜਿਹੜੀ ਖੁਸ਼ੀ ਹੁੰਦੀ ਹੈ, ਅੱਜ ਕਿਸੇ ਵੀ ਪੁੱਛ ਲਓ, ਚਾਹੇ ਪਿਓ ਨੂੰ ਚਾਹੇ ਮਾਂ ਨੂੰ, ਉਹ ਜਿਵੇਂ ਮਰਜ਼ੀ ਹੈ ਉਹਦੇ ਘਰ, ਚਾਹੇ ਰੋਟੀ ਮਸਾਂ ਪੱਕਦੀ ਹੋਵੇ, ਉਹਨੂੰ ਸਭ ਤੋਂ ਵੱਧ ਖੁਸ਼ੀ ਆਪਣੀ ਔਲਾਦ ਤੋਂ ਹੁੰਦੀ ਹੈ ਕਿ ਮੇਰੀ ਔਲਾਦ ਬਹੁਤ ਸਹੀ ਹੈ। ਸਭ ਤੋਂ ਵੱਧ ਖੁਸ਼ੀ ਉਹਨੂੰ ਇਸ ਚੀਜ਼ 'ਤੇ ਹੁੰਦੀ ਹੈ, ਚਾਹੇ ਮੁੰਡਾ ਕੱਖ ਨਾ ਕਰਦਾ ਹੋਵੇ, ਚਾਹੇ ਔਲਾਦ ਕੁਛ ਨਾ ਕਰਦੀ ਹੋਵੇ, ਉਹਨੂੰ ਇਸ ਗੱਲ 'ਤੇ ਚਾਹੇ ਵੀ ਇਹ ਗਲਤ ਕੰਮ ਨਹੀਂ ਕਰਦਾ। ਇਸ ਚੀਜ਼ ਦਾ ਕਦੇ ਤੁਸੀਂ ਪੁੱਛ ਕੇ ਦੇਖਿਆ ਉਹਨਾਂ ਦੀਆਂ ਅੱਖਾਂ 'ਚ, ਹੈ ਨਾ, ਜਦੋਂ ਔਲਾਦ ਕਿਸੇ ਗਲਤ ਕੰਮ 'ਚ ਪੈ ਜਾਂਦੀ ਹੈ ਨਾ, ਉਹ ਦਰਦ ਨਹੀਂ ਉਹਨਾਂ ਤੋਂ ਸਿਹਾ ਜਾਂਦਾ। ਸੋ ਅਲੱਗ ਅਲੱਗ ਪੜਾਅ ਨੇ, ਹੈ ਨਾ। ਅਤੇ ਮੈਂ ਤਾਂ ਚਾਹੁੰਦਾ ਵੀ ਜਦੋਂ ਤੱਕ ਤੁਸੀਂ ਰਹੋ ਜ਼ਿੰਦਗੀ 'ਚ, ਅਤੇ ਚਾਹੇ ਬੁਢਾਪਾ ਹੋਵੇ, ਤੁਹਾਡਾ ਖੁਸ਼ੀ ਐਂ ਹੀ ਲੰਘ ਜੇ ਕਿ ਤੁਸੀਂ ਟੈਨਸ਼ਨ ਫਰੀ ਹੋ ਕੇ ਸਾਰਾ ਕੁਛ ਜ਼ਿੰਦਗੀ ਖਤਮ ਕਰ ਦਿਓ। ਓਏ ਭੋਲੇ ਹੋਏ ਤੋਂ ਜੱਗੀ ਬਾਈ ਨੂੰ ਕੀ ਲੱਗਦਾ ਕਿ ਬਦਲਾਵ ਕਿਹੜੀ ਚੀਜ਼ ਦਾ ਆਊਗਾ? ਯਾਰ ਬਦਲਾਵ ਵਾਲੇ ਪਾਸੇ ਮੈਂ ਜਮ੍ਹਾਂ ਨਹੀਂ ਸੋਚਦਾ, ਹੈ ਨਾ। ਨਹੀਂ ਮਤਲਬ ਆਪਣੀ ਤਰੱਕੀ ਵੱਲ ਦਾ ਕਹਿਣਾ ਪਿਆ, ਤਰੱਕੀ ਮੈਂ ਇਹਨੂੰ ਮੈਂ ਪਹਿਲੀ ਫਿਲਮ ਐਜ਼ ਅ ਸੋਲੋ ਦੇ ਤੌਰ 'ਤੇ ਮੈਂ ਕਹਿ ਸਕਦਾ ਕਿ ਬਈ ਜਿਹਦੇ 'ਚ ਜੱਗੀ ਬਾਈ ਦਾ ਕਿਰਦਾਰ ਵਾਕਈ ਦੇਖਣ ਵਾਲਾ ਹੋਊਗਾ। ਦੇਖੋ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ, ਹੁਣ ਤੱਕ ਮੈਨੂੰ 1000 ਬੰਦਾ ਕਹਿ ਚੁੱਕਿਆ ਹੋਣਾ ਕਿ ਇਹ ਫਿਲਮ ਨੇ ਕਮਾਲ ਕਰ ਦੇਣੀ ਹੈ, ਹੈ ਨਾ। ਮੈਂ ਸਭ ਦੀ ਸੁਣਨਾ,
ਬਟ ਨਾਲ ਦੀ ਨਾਲ ਮੇਰੇ ਮਾਇੰਡ 'ਚ ਇੱਕ ਟੈਨਸ਼ਨ ਵੀ ਰਹਿੰਦੀ ਹੈ, ਟੈਨਸ਼ਨ ਨਹੀਂ ਮੈਂ ਕਹਿ ਸਕਦਾ, ਮੈਨੂੰ ਹੁਣ ਇਹ ਲੱਗਿਆ ਰਹਿੰਦਾ ਯਾਰ ਇਹ ਫਿਲਮ ਅਸੀਂ ਬਣਾਤੀ ਨਾ ਸ਼ਿੱਦਤ ਨਾਲ ਬਣਾਈਏ, ਵੀ ਜਿਹੜੀ ਅਗਲੀ ਬਣਾਈਏ ਨਾ ਕਿਤੇ ਨਾ ਉਹ ਜਨੂਨ 'ਚ ਉਹ ਅੱਗ 'ਚ ਉਹ ਕਿਤੇ ਕਮੀ ਨਾ ਆ ਜੇ, ਅਤੇ ਮੈਂ ਚਾਹੁੰਦਾ ਜਿਹੜੀ ਅਗਲੀ ਵੀ ਹੁਣ ਇਸ ਤੋਂ ਬਾਅਦ ਅਸੀਂ ਅਗਲੀ 'ਤੇ ਲੱਗਣਾ ਤਾਂ ਮੈਂ ਚਾਹੁੰਦਾ ਘੱਟ ਕਰਾਂਗੇ ਸਵਾਦ ਵਾਲਾ ਕਰਾਂਗੇ, ਇਹ ਨਹੀਂ ਵੀ ਆਪਾਂ 1 IDA 'ਤੇ ਫਿਲਮ ਬਣਾਵਾਂਗੇ, ਇਹ ਮੈਂ ਵਾਅਦਾ ਕਰਦਾ ਦਰਸ਼ਕਾਂ ਨੂੰ ਨਾ ਕੋਈ ਵੀ ਹੈ ਚਾਹੇ ਸਾਡੇ ਕੰਮ ਨੂੰ ਦੇਖੂਗਾ ਇਸ ਫਿਲਮ ਨੂੰ ਦੇਖੂਗਾ ਕਿ ਇਸ ਗੱਲ ਦੀ ਆਦਤ ਪਾਵਾਂਗੇ ਵੀ ਘੱਟ ਫਿਲਮਾਂ ਕਰੀਏ ਪਰ ਸਵਾਦ ਵਾਲੀਆਂ ਕਰੀਏ। ਗ੍ਰੇਟ ਬਾਈ, ਫਿਲਹਾਲ ਇਹ ਮੁਲਾਕਾਤ ਬੜੀ ਘੈਂਟ ਲੱਗੀ ਮੈਨੂੰ ਤਾਂ ਲੱਗਦਾ ਕਿ ਨਾ ਜਿਹੜੀ ਚੀਜ਼ ਮੈਂ ਚਾਹੁੰਦਾ ਸੀਗਾ ਪੁੱਛਣਾ ਕਿ ਇੱਦਾਂ ਦੀ ਅਦਾਕਾਰੀ ਇੱਦਾਂ ਦੀ ਕਲਾਕਾਰੀ ਵਾਕਈ ਹੀ ਅਸੀਂ ਉਹਨੂੰ ਚਾਹੁੰਦੇ ਹਾਂ ਕਿ ਇੰਡਸਟਰੀ 'ਚ ਹੋਰ ਆਵੇ, ਐਂਡ ਹੁਣ ਚੇਂਜ ਦਾ ਬਸ ਇੱਕ ਉਮੀਦ ਆ ਕਿ ਐਟਲੀਸਟ ਜਿਵੇਂ ਕਿ ਬਾਈ ਇਹ ਵੀ ਮੈਂ ਕਹਿੰਦਾ ਚੇਂਜ ਨਹੀਂ ਕਰੀਦਾ ਹੁੰਦਾ, ਇੱਕ ਤੁਸੀਂ ਬਰਾਬਰ ਲਾਈਨ ਖਿੱਚ ਦਿਓ ਨਾ, ਆਡੀਅੰਸ ਨੇ ਆਪੇ ਹੀ ਜਿਹੜੀ ਚੀਜ਼ ਚੰਗੀ ਹੋਊਗੀ ਉਹਨੂੰ ਵੀ ਫਿਰ ਹੋਣਾ ਹੀ ਪੈਣਾ ਹੈ ਨਾ। ਸੋ ਮੈਨੂੰ ਲੱਗਦਾ ਤੁਹਾਡੇ ਐਫਰਟ ਬੜੇ ਜ਼ਰੂਰੀ ਨੇ ਬਾਈ, ਜਦੋਂ ਤੱਕ ਇੱਦਾਂ ਦੀ ਚੀਜ਼ਾਂ ਨਹੀਂ ਆਉਣਗੀਆਂ ਨਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਹੋ ਸਕਦਾ, ਕਿਉਂਕਿ ਇਹ ਜਿੱਦਾਂ ਦੇ ਭੋਲੇ ਭਾਲੇ ਲੋਕ ਨੇ ਨਾ ਇਹਨਾਂ ਨੂੰ ਨਹੀਂ ਪਤਾ, ਇੱਦਾਂ ਦਾ ਹੀ ਪੰਜਾਬ ਦੇ ਕਿੰਨੇ ਕਿੰਨੇ ਪਿੰਡ ਨੇ ਸ਼ਹਿਰ 'ਚ ਹੈਗੇ ਨੇ, ਹੈ ਨਾ, ਬੇਸ਼ੱਕ ਇੱਦਾਂ ਦਾ ਮਾਇੰਡ ਸੈੱਟ ਨਾ ਹੋਣ, ਡਿਵੈਲਪ ਹੋਏ ਹੋਣ, ਬਟ ਉਹਨਾਂ ਨੂੰ ਫਿਲਮਾਂ ਦੀ ਕਲਾਕਾਰੀ ਤਾਂ ਨਹੀਂ ਪਤਾ, ਸਹੀ ਗੱਲ ਹੈ ਨਾ, ਤੁਸੀਂ ਕਦੀ ਦਿਖਾਇਆ ਹੀ ਨਹੀਂ, ਟੈਕਨੀਕਲ ਗੱਲਾਂ ਕਰਦੇ ਹਾਂ, ਸਿਨੇਮਾ ਹੈ ਇਹਨਾਂ ਵਿਚਾਰਿਆਂ ਲਈ, ਫਿਲਮ ਇੱਕ ਫਿਲਮ ਹੈ। ਹਾਂ ਇਹਨਾਂ ਵਾਸਤੇ ਹੁਣ ਇਵੇਂ ਹੈ ਕਿ ਜਿਹੜੀ ਫਿਲਮ ਹੁਣ ਤੁਸੀਂ ਬਣਾਈ ਆ ਤੁਸੀਂ ਆਪਣੀ ਫਿਲਮ ਨੂੰ ਲੈ ਕੇ ਸ਼ੋਰ ਹੋ, ਲੋਕੀ ਸ਼ੋਰ ਨੇ ਕਿ ਬਈ ਇਹ ਚੱਲੂਗੀ, ਤਾਂ ਜੇ ਉਹ ਚਾਚੀ ਚੱਲ ਪਈ ਤਾਂ ਬੜਿਆਂ ਦੇ ਦਿਮਾਗ ਨਾ ਹੋਰ ਖੁੱਲ ਜਾਣਗੇ ਕਿ ਬਈ ਨਾ ਫਿਲਮ ਦੀ ਪ੍ਰਮੋਸ਼ਨ ਸੀਗੀ ਨਾ ਫਿਲਮ ਦਾ ਕੋਈ ਵੱਡਾ ਇੰਨਾ ਵੱਡਾ ਬਜਟ ਸੀਗਾ, ਕੀ ਸੀਗੀ ਮੇਨ ਕਲਾਕਾਰੀ। ਜੇ ਬੰਦੇ ਨੇ ਉਹ ਸਿੱਖ ਲਈ ਤਾਂ ਤੁਹਾਨੂੰ ਫਿਲਮ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਯਾਰ ਕਿ ਬਈ ਤੁਸੀਂ ਇੱਦਾਂ ਦੀ ਚੀਜ਼ਾਂ ਕਰ ਲਓਗੇ ਨਾ ਫਿਲਮ ਚੱਲ ਪੈਣੀ। ਮੈਂ ਵੀ ਕਹਿੰਦਾ ਨਾ ਬਜਟਾਂ ਨਾਲ ਨਹੀਂ ਆਪਾਂ ਹਰਾਇਆ ਜਾ ਸਕਦਾ, ਹੈ ਨਾ, ਲੋਕਾਂ ਨੇ ਤਾਂ ਸਿਰਫ ਫਿਲਮ ਦੇਖਣੀ, ਉਹਦੇ ਪਿੱਛੇ ਕੀ ਹੋਇਆ ਇਹ ਪਤਾ ਹੀ ਨਹੀਂ ਹੈ, ਜੋ ਫਿਲਮ ਪਰਦੇ 'ਤੇ ਚੱਲ ਰਿਹਾ ਉਹ ਸਾਡੇ ਅੱਗੇ ਹੈ ਨਾ। ਸੋ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਜਿਨ੍ਹਾਂ ਦੇ ਅੰਦਰ ਜਨੂੰਨ ਆ ਬਾਈ ਫੋਨ 'ਤੇ ਵੀ ਫਿਲਮ ਬਣਾ ਲਓ, ਕੋਈ ਬਾਹਲਾ ਵੱਡਾ ਕੰਮ ਨਹੀਂ, ਜੇ ਤੁਸੀਂ ਕੋਈ ਚੰਗਾ ਕੰਮ ਕਰਿਆ ਲੋਕ ਤੁਹਾਨੂੰ ਪਿਆਰ ਕਰਨਗੇ। ਸੋ ਇਹਨਾਂ ਚੀਜ਼ 'ਚ ਤਾਂ ਫਿਰ ਅਗਲੇ ਨੂੰ ਵੀ ਕੰਪੀਟੀਸ਼ਨ 'ਚ ਪਤਾ ਲੱਗੂਗਾ ਵੀ ਅਸੀਂ ਵੀ ਹੁਣ ਇੱਦਾਂ ਦਾ ਕੰਮ ਕਰੀਏ, ਹੈ ਨਾ। ਸੋ ਇੱਦਾਂ ਹੀ ਚੱਲਦਾ ਰਹਿਣਾ ਚਾਹੀਦਾ। ਨਹੀਂ ਬਾਈ ਹੁਣ ਮੈਨੂੰ ਉਮੀਦ ਆ ਕਿ ਇਹ ਫਿਲਮ ਤੁਹਾਡੀ ਬੜਾ ਘੈਂਟ ਚੱਲੂਗੀ, ਖੁਸ਼ੀ ਆ ਕਿ ਬਾਈ ਦੀ ਹੁਣ ਅਸਲ 'ਚ ਇੱਥੋਂ ਦੀ ਯੂਨੋ ਕਹਾਣੀ ਜਿਹੜੀ ਹੈਗੀ ਸੋਲੋ ਦੀ ਸ਼ੁਰੂ ਹੋਊਗੀ, ਐਂਡ ਬਹੁਤ ਬਹੁਤ ਵਧਾਈਆਂ ਫਿਲਮ ਦੀਆਂ, ਹੁਣ ਛੇਤੀ ਮਿਲਦੇ ਹਾਂ ਸਿਨੇਮਾ 'ਚ। ਹਾਂ 16 ਨੂੰ ਤੁਸੀਂ ਦੇਖੋ, ਦੇਖ ਕੇ ਰਿਵਿਊ ਜ਼ਰੂਰ ਦਿਓ ਫਿਲਮ ਕਿੱਦਾਂ ਦੀ ਲੱਗੀ। ਮਹਾਰਾਜ ਜ਼ਰੂਰ ਦੇਵਾਂਗੇ, ਨਾਲੇ ਰੌਣਕਾਂ ਛੌਣਕਾਂ ਉਸ ਤੋਂ ਬਾਅਦ ਲਾਵਾਂਗੇ, ਸਕਸੈਸ ਪਾਰਟੀ ਰੱਖ ਲਿਓ ਇੰਨੀ ਵੀ ਨਾ ਕੰਜੂਸੀ ਕਰਿਓ। ਕਰਾਂਗੇ ਕਰਾਂਗੇ, ਸਕਸੈਸ ਪਾਰਟੀ ਪੱਕਾ 16 ਨੂੰ ਆਉਣੀ ਹੈ, ਆਪਾਂ 25 ਦੇ ਰਾਊਂਡ ਨੈਕਸਟ ਪਿੰਡ ਦੀ ਟੈਂਟ ਲਾ ਲਾਂਗੇ। ਹਾਂ ਇੱਥੇ ਵੀ ਕਰਕੇ ਜਾਵਾਂਗੇ ਯਾਰ, ਇਹ ਪਿੰਡ ਨੇ ਬਹੁਤ ਸਾਥ ਦਿੱਤਾ, ਮੈਂ ਤਾਂ ਇਹਨਾਂ ਨੂੰ ਆ ਕੇ ਮਿਲ ਕੇ ਜਾਊਂਗਾ ਸਪੈਸ਼ਲ। ਹਾਂ ਬਸ ਠੀਕ ਹੈ ਵੀਰੇ, ਬਹੁਤ ਬਹੁਤ ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ।